Thank you.
I'm going
Satguru hoye daya, 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 satguru hoye daya
ਹੁਣ ਕਿਸੇ ਬੱਚੇ ਨੇ ਪੜ੍ਹਿਆ ਹੈ ਉਹ 100 ਚੋਂ 100 ਨੰਬਰ ਲੈ ਰਿਹਾ ਕੋਈ ਜ਼ੀਰੋ ਤੇ ਖੜਾ ਹੈ ਕੁਝ ਵੀ ਨਹੀਂ ਸਿੱਖਿਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਰੱਬ ਨੇ ਨਿਰੰਕਾਰ ਵਿਖਾਉਣ ਵਾਲੇ ਨੇ ਹੈ ਨਿਰਅਕਾਰ ਹੈ ਉਹਦਾ ਅਨੁਭਵ ਹੋ ਜਾਂਦਾ ਹੈ ਦਿਸਦਾ ਤੇ ਨਹੀਂ ਅਨੁਭਵ ਹੁੰਦਾ ਹੈ ਉਹ ਜਿਹੜਾ ਅਨੁਭਵ ਹੈ ਉਹ ਨਿੱਜੀ ਹੈ ਉਹ ਨਹੀਂ ਦੱਸਿਆ ਜਾ ਸਕਦਾ ਭਾਵ ਇਹ ਰੱਬ ਤੇ ਵਿਖਾਇਆ ਜਾ ਸਕਦਾ ਪਰ ਬਾਕੀ ਹਰ ਬੰਦੇ ਨੇ ਆਪਣਾ ਆਪਣਾ ਵੇਖਣਾ ਹੈ ਉਹ ਪਰਸਨਲ ਐਕਸਪੀਰੀਅੰਸ ਹੈ ਉਹ ਦੱਸਿਆ ਨਹੀਂ ਹੈ ਉਹਨੂੰ ਕਹਿੰਦੇ ਆ ਸਾਬਰ ਅੰਦਰ ਸਾਬਰੀ ਤਨ ਇਹ ਬਹਿ ਜਾਣੇ ਮੋਹਨ ਜੀ ਕੋ ਖਦਾਏ ਦੇ ਭੇਦ ਦਾ ਕਿੱਸਾ ਆਹ ਤੇ ਭੇਦ ਦੱਸਿਆ ਜਾ ਸਕਦਾ ਵੀ ਰੱਬ ਹੈ ਇਹ ਤੇ ਭੇਦ ਹੈ ਪਰ ਇਹਨਾਂ ਤੋਂ ਸਮਝ ਲੈ ਕੇ ਕਿੰਨਾ ਕੁ ਸਮਝਿਆ ਕੋਈ ਉਹ ਤੇ ਨਿੱਜੀ ਹੈ ਉਹ ਨਹੀਂ ਦੱਸਿਆ ਜਾ ਸਕਦਾ ਇਸ ਕਰਕੇ ਸਿਮਰਨ ਭਜਨ ਕਰਨ ਵਾਲੇ ਵੱਖਰੇ ਵੱਖਰੇ ਢੰਗਾਂ ਨਾਲ ਵੱਖਰੇ ਵੱਖਰੇ ਤਰੀਕਿਆਂ ਨਾਲ ਰੱਬ ਨੂੰ ਮੈਂ ਵਾਹਿਗੁਰੂ ਜੀ ਨੂੰ ਮਹਿਸੂਸ ਕਰਦੇ ਜੇ ਲੱਖ ਬੰਦਾ ਸਿਮਰਨ ਕਰਦਾ ਤੇ ਲੱਖ ਦਾ ਆਪਣਾ ਆਪਣਾ ਅਨੁਭਵ ਹੈ ਹਰ ਇੱਕ ਦਾ ਆਪਣਾ ਐਕਸਪੀਰੀਅੰਸ ਹੈ ਇਹ ਨਹੀਂ ਹੁੰਦਾ ਵੀ ਆਹ ਆਨੰਦ ਜਿਵੇਂ ਹੁਣ ਆਪਾਂ ਪ੍ਰਸ਼ਾਦਾ ਛਕਨੇ ਹੈ ਸੇਮ ਗੱਲ ਹੀ ਹੈ ਵੀ ਭੋਜਨ ਖਾਓ ਹਰ ਇੱਕ ਦਾ ਆਪਣਾ ਆਪਣਾ ਟੇਸਟ ਹੈ ਕਿਸੇ ਨੂੰ ਬਹੁਤਾ ਹੀ ਸਵਾਦ ਲੱਗਦਾ ਕਿਸੇ ਨੂੰ ਨਹੀਂ ਵੀ ਲੱਗਦਾ ਕਿਸੇ ਨੂੰ ਮਿੱਠਾ ਪਸੰਦ ਹੈ ਕਿਸੇ ਨੂੰ ਖੱਟਾ ਪਸੰਦ ਹੈ ਆਪਣਾ ਆਪਣਾ ਐਕਸਪੀਰੀਅੰਸ ਹੋਇਆ ਹੁਣ ਭੋਜਨ ਇਹ ਤੇ ਨਹੀਂ ਵੀ ਜੇ ਮੈਨੂੰ ਸਵਾਦ ਲੱਗਦਾ ਤੂੰ ਵੀ ਖਾ ਤੈਨੂੰ ਵੀ ਸਵਾਦ ਲੱਗੇਗਾ ਸੇਮ ਕਿਸੇ ਨੂੰ ਨਹੀਂ ਪਸੰਦ ਇਸੇ ਤਰ੍ਹਾਂ ਇਹ ਆਪਣਾ ਆਪਣਾ ਐਕਸਪੀਰੀਅੰਸ ਹੈ ਜਿੰਨੀ ਕਿਸੇ ਦੀ ਅਵਸਥਾ ਹੈ ਜਿੱਥੇ ਕੁ ਤੱਕ ਕੋਈ ਪਹੁੰਚਿਆ ਹੈ ਉਹਨਾਂ ਕੋ ਚੌਂਕੜਾ ਮਾਰ ਕੇ ਆਨੰਦ ਲੈ ਲੈਂਦਾ ਹੈ ਤੇ ਜਿਹੜਾ ਨਹੀਂ ਕਰਨ ਵਾਲਾ ਹੁੰਦਾ ਵਿੱਚ ਤੁਹਾਡੇ ਚ ਮਾਫ ਕਰਨਾ ਸੰਗਤ ਵਿੱਚ ਸਾਰੇ ਤਰ੍ਹਾਂ ਦੇ ਆਏ ਹੁੰਦੇ ਨੇ ਇੱਕ ਵਾਰੀ ਵੀ ਵਾਹਿਗੁਰੂ ਨਹੀਂ ਕਹਿੰਦੇ ਆਲੇ ਦੁਆਲੇ ਵੇਖੀ ਜਾਂਦੇ ਬਿਲਕੁਲ ਵੀ ਨਹੀਂ ਮਨ ਜੁੜਦਾ ਕੀ ਤੇ ਕਈ 2 ਵਜੇ ਉੱਠ ਉੱਠ ਕੇ ਬਹਿੰਦੇ ਨੇ ਚੌਂਕੜੇ ਮਾਰ ਕੇ ਪੂਰੀ ਪੂਰੀ ਰਾਤ ਰਹਿਣ ਸਫਾਈ ਚ ਬੈਠੇ ਰਹਿੰਦੇ ਹਿਲਦੇ ਨਹੀਂ ਬਾਣੀ ਪੜਨ ਚ ਕਈਆਂ ਨੂੰ ਆਨੰਦ ਆਉਂਦਾ ਕਈ ਤੇ ਜਿਵੇਂ ਮੈਂ ਕੱਲ ਗਿਆ ਸੀ ਵੀ ਟਿੱਕ ਮਾਰ ਹੀ ਕਰਦੇ ਨੇ ਬਸ ਹੋ ਗਿਆ ਜਪਜੀਤ ਸਾਹਿਬ ਹੋ ਗਿਆ ਜਵਾਬ ਸਾਹਿਬ ਲਓ ਜੀ ਇਹਦੇ ਬੜੇ ਸਵਈਏ ਕਿਉਂਕਿ ਇਹ ਲਓ ਆਨੰਦ ਸਾਹਿਬ ਹੋ ਗਿਆ ਟਿੱਕ ਮਾਰ ਹੀ ਕਰਦੇ ਨੇ ਨਿਬੜੀ ਜਾਂਦਾ ਹੋ ਗਿਆ ਬਸ ਸੁਖਮਨੀ ਸਾਹਿਬ ਇਹਨੇ ਕਰ ਲਿਆ ਵੀ ਆਹ ਵੀ ਨਿਬੜ ਗਿਆ ਨਵੇੜਾ ਹੋ ਰਿਹਾ ਇੱਕ ਉਹ ਨੇ ਜਿਹੜੇ ਬਾਣੀ ਪੜ੍ਹਦੇ ਥੱਕਦੇ ਨੀ ਕਦੀ ਸਾਡੇ ਉੱਥੇ ਇੱਕ ਬੀਬੀ ਹੈ 101 ਖੰਡ ਪਾਠ ਕੀਤਾ ਉਹਨੇ ਇੱਕ ਚੌਂਕੜੇ ਖੰਡ ਪਾਠ ਕਰਦੀ ਹੈ ਇੱਕ ਤੇ 101 ਕਰ ਦਿੱਤਾ ਹੁਣ ਤੱਕ ਮਹੀਨੇ ਵਿੱਚ ਉਹਨੇ 4 ਕੀਤੇ ਅਗਲੇ ਮਹੀਨੇ ਫਿਰ 4 ਸਾਲ ਵਿੱਚ 50 ਤੋਂ ਜ਼ਿਆਦਾ ਸਾਲ ਵਿੱਚ ਪਰ ਉਹਨੂੰ ਸ਼ੌਂਕ ਹੈ ਪਿਆਰ ਹੈ ਸਤਿਗੁਰ ਦੀ ਬਾਣੀ ਨਾਲ ਮੈਂ ਕੱਲ ਵੀ ਕਿਹਾ ਸੀ ਬਾਣੀ ਸਹਿਜ ਨਾਲ ਸਮਝ ਕੇ ਪੜ੍ਹੋ ਜਦੋਂ ਪੰਜਾਬੀ ਸਹੀ ਪੜ੍ਹਨੀ ਆਉਂਦੀ ਤੇ ਚਿੱਠੀ ਆਪਾਂ ਤੇਜ਼ ਵੀ ਪੜ੍ਹ ਲੈਂਦੇ ਹਾਂ ਪਤਾ ਲੱਗ ਜਾਵੇ ਕਿਸੇ ਪਿਆਰੇ ਦੀ ਚਿੱਠੀ ਹੈ ਪਤਾ ਹੈ ਤੇਜ਼ ਵੀ ਪੜ੍ਹੀ ਜਾ ਸਕਦੀ ਹੈ ਪਰ ਸਮਝ ਹੋਵੇ ਜੇ ਤਾਂ ਫਿਰ ਆਨੰਦ ਵੀ ਆ ਜਾਂਦਾ ਕੋਈ ਗੱਲ ਨਹੀਂ ਤੇਜ਼ ਵੀ ਪੜ੍ਹ ਲੈਂਦਾ ਕੋਈ ਤੇ 101 ਅਖੰਡ ਪਾਠ ਹੁਣ ਤੱਕ ਤੇ ਆਪਾਂ ਤੇ ਗੁਰਦੁਆਰੇ ਕਰਾ ਕੇ ਉਹਨੇ ਅਖੰਡ ਪਾਠ ਤਾਂ ਵੀ ਮਾਲਕ ਨਹੀਂ ਫਿਰ ਵਸੀ ਅਖੰਡ ਪਾਠ ਕਰਾਇਆ ਇੱਕ ਚੌਂਕੜੇ ਆਰੰਭ ਕਰਕੇ ਬਹਿਣਾ ਹੈ ਭੋਗ ਪਾ ਕੇ ਉੱਠਣਾ 3 ਦਿਨ ਅਖੰਡ ਪਾਠ ਚ ਲੰਘ ਜਾਂਦੇ ਨੇ ਆਪਾਂ 48 ਚ ਕਰਦੇ ਹਾਂ ਕਈ ਵਾਰੀ ਉਹਨੂੰ 60 ਘੰਟੇ ਵੀ ਲੱਗ ਜਾਂਦੇ 70 ਘੰਟੇ ਵੀ ਲੱਗ ਜਾਂਦੇ 60 ਘੰਟੇ ਅਖੰਡ ਪਾਠ ਅੱਛਾ ਜੇ ਅਖੰਡ ਪਾਠ ਕਰਨਾ ਤੇ 1 ਦਿਨ ਪਹਿਲਾਂ ਰੋਟੀ ਛੱਡਣੀ ਪੈਂਦੀ 12 ਘੰਟੇ ਪਹਿਲਾਂ ਪਾਣੀ ਵੀ ਛੱਡਣਾ ਪੈਂਦਾ ਪਰ ਸ਼ੌਂਕ ਹੈ ਮਨ ਵਿੱਚ ਇੱਕ ਤੇ ਹੁੰਦਾ ਕਿ ਦਿਖਾਵਾ ਇੱਕ ਹੁੰਦਾ ਕਿ ਅੰਦਰ ਪਿਆਰ ਹੈ ਸਤਿਗੁਰ ਦੀ ਬਾਣੀ ਨਾਲ ਮੈਂ 1-2 ਵਾਰੀ ਮਿਲਿਆ ਮੈਂ ਕਿਹਾ ਜੀ ਤੁਸੀਂ ਹੱਥ ਤੇ ਨਹੀਂ ਕਰਦੇ ਧੱਕਾ ਦੇ ਨਹੀਂ ਆਪਣੇ ਆਪ ਨਾਲ ਉਹਨੇ ਕਿਹਾ ਨਹੀਂ ਜੀ ਮੇਰਾ ਮਨ ਕਰਦਾ ਹੈ ਹੁਣ ਤੇ ਮੇਰੀ ਖੁਰਾਕ ਬਣ ਗਈ ਹੈ ਜੇ ਨਹੀਂ ਕਰਦੀ ਸਗੋਂ ਮੈਨੂੰ ਫਿਰ ਔਖਾ ਲੱਗਦਾ ਜਿਵੇਂ ਨਿਤਨੇਮ ਪਹਿਲਾਂ ਕਰਨਾ ਔਖਾ ਲੱਗਦਾ ਜਦੋਂ ਆਦਤ ਪੈ ਜਾਏ ਫਿਰ ਛੱਡਿਆ ਨਹੀਂ ਜਾਂਦਾ ਜਿਹੜੇ ਪੱਕੇ ਨਿਤਨੇਮ ਹੀ ਨੇ ਉਹਦੇ ਵਿੱਚ ਵਿੱਚ ਵੀ ਇੱਦਾਂ ਵੀ ਕਹਿੰਦੇ ਆ ਕਿ ਅੱਜ ਰੋਟੀ ਚੰਗੀ ਨਹੀਂ ਲੱਗਦੀ ਅੱਜ ਨਿਤਨੇਮ ਨਹੀਂ ਹੋਇਆ
अज मैं पाठ नहीं किया, अज मैं सतगुरु के बचन नहीं पढ़े, अज मैं चंगा नहीं लगता कुछ भी, अज दर्शन नहीं किए सतगुरु दी संगतां दे, गुरमुखां दा मेल नहीं होया अज सारा दिन, पर दूजे पासे अखी वेख ला रजियां बहु रंग तमाशे, अखां ते रजदियां नहीं रंग तमाशे वेख वेख के, उस्तत निंदा कन सुन रोवण ते हासे, साडी जीभ ना रजियां कर भोग विलासे, नक ना रजा वास मैं दुर्गंध सवासे, रजना कोई जीवे कूड़े परवासे, पीर मरीदा बिरहड़ी सच्ची रह रासे, पर जे बंदा इना तो सही इना दी वरतों करता है, इना ज्ञान इंद्रियां दी अंतर गोरे आराधना जिहवा जप गुर नाओ निंदरी सतगुर वेखना श्रवणी सुनना, फिर की होएगा सतगुर सेती रद्दिया दरगह पाई है ठाओ, ये विषय ते बेनती कीती सी दरगाह ते ठाओ मिलेगा नहीं, जदों बाणी पढ़दा सिख सुनदा है समझदा है अंदर विचार करदा अंतर गोरे आराधना चल पैंदा है हरेक वचन नूं आराधदा है, उसे वेले दरगाह चलिया करना, उहदी सुरत दरगाह रवे जिथे मर्जी, शरीर जिथे मर्जी होवे सुरत करके ते उह दरगाह नूं महसूस करन लग जांदा है। कल भी कहा सी परमात्मा वाहिगुरु जी हर जगह ने, वाहिगुरु की दरगाह भी सर्व व्यापक है, कोई गावे को सुने कोई करे विचार, को उपदेश को दृढ़े तिसका वे उधार, कोई सुने कोई गावे कोई उपदेश कर रहा है कोई दृढ़ कर रहा है पका रहा है कोई, पर उधार ही उधार है, कोई गावे को सुने हर नामा चित लाए, कहो कबीर संसा नहीं अंतर परम गत पाए, उसे वेले दरगाह सुनिया सुनिया ते मन लिया नाल दी नाल दरगाह भला किवें, फिर इस नूं थोड़ा एक्सप्लेन करो किवें भला दरगाह, मन लो भी गुरु साहब जी दी बाणी दी एक पंक्ति आपां पढ़ी, केड़ी इको ही पंक्ति पढ़ी, इत मद पीता नानका बहुते खटिए विकार, इको ही पंक्ति पढ़ी, बई नशा जेड़ा है शराब पी नाल वकार खट नहीं दे रहे, ये कह लो शराब वकारा दी मां है, जिथे शराब आ गई उथे सारे वकार आ गए, पर देखो जेड़े बंदे ने ये पंक्ति पहला सुनी समझी ते आज फैसला कर लिया भी गुरु जी ने कहता लो जी मैं मान लिया शराब छड़ दित्ती, वो कल्ला की उहदा ते टब्बर भी दरगाह च चलिया जांदा है, उसे दिन ही कहणगे स्वर्ग बन गया घर साडा, नशा निकल गया साडा घर ते सचखंड बन गया, गंदमंद निकल गया साडे घरों, एक दिन की स्वर्ग बनाता उसे टाइम ही बनाता साडे ते नगदो नगदी है, आज मलावा सेठ फरीद ताके मकुंजड़ियां मनहो में चिंदड़ियां, अज मिल कोई लारा नहीं बाद विच होएगा बाद विच मिलेगा बाद विच किते पहुंचेगा, साडे धर्म विच ते दसिया के अज भी मेल हो सकता है, अज हुण मन लै ते अज मन लै हुणे ही पल्ले बन लै, सुनो इधर एकाग्रता बनाओ हुणे मन लै हुणे ही पहुंच जा, सुरत करके सत बचन कह दे बचन मन लै नाल दी नाल आनंद लै, जिहड़े बंदे ने समझ लिया जैसा संग बिसरी बिसियर स्यो है रे तैसो ही इह परग्रह लै, इको ही मंगदी है सारा ते सारे गुरु ग्रंथ साहब ते किड्डा उपदेश है, आ एक पंक्ति जिंदगी बना देंगे, वी कहिंदे ने पराया ग्रह अपने परिवार नूं छड्ड के बाहर धक्के जिहड़ा खांदा चाहे बीबी है चाहे भाई है, कहिंदे सप दी यारी है गुरु ग्रंथ साहब, सप दी यारी है अपने परिवार नूं छड्ड के जिहड़ा बाहर धक्के खांदा, एक जगह दो जगह
ਕਿਤੇ ਵੀ ਲੈ ਇੱਕ ਪੰਗਤੀ ਹੈ ਬੰਦਾ ਮੰਨ ਲਵੇ ਉਹਦੀ ਜ਼ਿੰਦਗੀ ਚੋਂ ਨਰਕ ਨਿਕਲ ਜਾਏ ਵੀ ਸੱਪ ਦੀ ਆ ਰਹੀ ਹੈ ਪਰਾਏ ਥਾਂ ਤੇ ਧੱਕੇ ਖਾਣੇ ਗੁਰੂ ਗ੍ਰੰਥ ਸਾਹਿਬ ਨੇ ਕਹਿ ਦਿੱਤਾ ਸੱਤ ਵਚਨ ਕਰ ਦਿਓ ਵੀ ਸੱਤ ਵਚਨ ਜੀ ਮੰਨ ਲਿਆ ਆਪਾਂ ਵੀ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਨਾ ਆਪਣੇ ਪਰਿਵਾਰ ਤੋਂ ਬਿਨਾਂ ਕਿਸੇ ਵੱਲ ਮਾੜੀ ਨਜ਼ਰ ਨਾਲ ਵੇਖਣਾ ਵੀ ਨਹੀਂ ਤੇ ਉਸ ਘਰ ਵਿੱਚ ਸਵਰਗ ਵਰਤੇਗਾ ਨੀ ਫਿਰ ਹੋਰ ਕਿਹੜੇ ਸਵਰਗ ਤੇ ਜਾਣਾ ਅੱਗੇ ਓਦਾਂ ਨੀ ਸਵਰਗ ਬਣ ਗਿਆ ਘਰ ਸ਼ਾਂਤੀ ਆ ਗਈ ਹੁਣ ਵੇਖੋ ਨਾ ਜਿਹੜਾ ਬੰਦਾ ਬਾਹਰ ਧੱਕੇ ਖਾਂਦਾ ਉਹਨੂੰ ਨੀਂਦਰ ਨਹੀਂ ਆਉਂਦੀ ਚੱਜ ਤਰ੍ਹਾਂ ਕਿਉਂ ਡਰੀ ਜਾਂਦਾ ਕਿਤੇ ਪਤਾ ਨਾ ਲੱਗੇ ਦੁਨੀਆਂ ਨੂੰ ਪਤਾ ਨਾ ਲੱਗੇ ਸੰਸਾਰ ਨੂੰ ਪਤਾ ਨਾ ਲੱਗ ਜਾਏ ਚਾਹੇ ਭਾਈ ਹੈ ਚਾਹੇ ਕੋਈ ਬੀਬੀ ਹੈ ਚਾਹੇ ਕੋਈ ਬੱਚਾ ਨੌਜਵਾਨ ਕੋਈ ਹੋਵੇ ਕੋਈ ਹੋਵੇ ਜੇ ਉਹਦੇ ਕਿਸੇ ਜਗ੍ਹਾ ਵੀ ਉਹਦਾ ਮਨ ਭਟਕ ਰਿਹਾ ਹੈ ਗਲਤ ਤੁਰ ਪਿਆ ਆਪਣੀ ਜ਼ਿੰਦਗੀ ਵਿੱਚ ਫਿੜਕ ਗਿਆ ਹੈ ਉਸੇ ਦਿਨ ਤੋਂ ਉਹ ਨਰਕ ਭੋਗਦਾ ਹੈ ਨਰਕ ਵਿੱਚ ਚਲਿਆ ਜਾਂਦਾ ਅੱਗੇ ਜਾਏਗਾ ਨਰਕ ਚ ਸੁਰਤ ਕਰਕੇ ਨਰਕ ਭੋਗਦਾ ਹਰ ਵੇਲੇ ਚਿੰਤਾ ਹਰ ਵੇਲੇ ਸਟ੍ਰੈਸ ਇਹ ਸਟ੍ਰੈਸ ਹੀ ਨਰਕ ਹੈ ਇਹ ਜਿਹੜੀ ਟੈਨਸ਼ਨ ਪਈ ਹੋਈ ਹੈ ਤੇ ਜਿਹੜੇ ਬੰਦੇ ਦੇ ਕਿਤੇ ਸੰਬੰਧ ਕੋਈ ਨਹੀਂ ਉਹਨੂੰ ਡਰ ਕੋਈ ਨਹੀਂ ਉਹਨੂੰ ਚਿੰਤਾ ਕੋਈ ਨਹੀਂ ਜਿੱਥੇ ਮਰਜ਼ੀ ਬੈਠਾ ਰਵੇ ਜਿੱਥੇ ਮਰਜ਼ੀ ਫਿਰਦਾ ਰਵੇ ਉਹਨੂੰ ਫਿਕਰ ਹੈ ਵੀ ਮੈਂ ਫੋਨ ਘਰ ਛੱਡ ਆਇਆ ਕਿਤੇ ਘਰ ਵਾਲੀ ਦੇ ਹੱਥ ਨਾ ਲੱਗ ਜੇ ਫਿਕਰ ਹੈ ਉਹਨੂੰ ਫੋਨ ਮੈਂ ਘਰ ਛੱਡ ਆਇਆ ਬੱਚਾ ਫਿਕਰ ਕਰੇਗਾ ਮੇਰੇ ਮਾਂ ਪਿਓ ਨਾ ਵੇਖ ਲੈਣ ਡਰ ਲੱਗਦਾ ਹੈ ਕੋਈ ਡਰ ਨਹੀਂ ਲੱਗਦਾ ਫਿਰ ਸਟ੍ਰੈਸ ਖਤਮ ਹੋ ਜਾਂਦੀ ਹੈ ਉਦਣ ਹੀ ਜਿੱਦਣ ਗੁਰੂ ਜੀ ਦੇ ਬਚਨ ਨੂੰ ਪੱਲੇ ਬੰਨ ਲਿਆ ਹੁਣ ਵੇਖੋ ਨਾ ਨਰਕ ਭੋਗ ਰਹੇ ਆ ਆਪਣੇ ਕਰਮਾਂ ਕਰਕੇ ਉਲਝੇ ਆ ਆਪਣੀ ਜ਼ਿੰਦਗੀ ਨੂੰ ਆਪਣੀ ਲਾਈਫ ਨੂੰ ਅਸੀਂ ਖੁਦ ਉਲਝਾਇਆ ਆਪ ਫਸੇ ਆ ਕਿਸੇ ਨੇ ਕੀ ਫਸਾਇਆ ਰੱਬ ਨੇ ਨਰਕ ਬਣਾਇਆ ਸਾਡੇ ਲਈ ਤੇ ਉਹ ਵੀ ਕਦੇ ਆਪਣੇ ਪੁੱਤਰਾਂ ਲਈ ਨਰਕ ਬਣਾਉਂਦਾ ਨਰਕ ਅਸੀਂ ਆਪਣੇ ਕਰਮਾਂ ਕਰਕੇ ਬਣਾਇਆ ਗੁਰਮਤ ਨਹੀਂ ਮੰਨਦੀ ਇਹ ਪੁਜਾਰੀਆਂ ਦੇ ਨਰਕ ਨੂੰ ਇਹ ਇਹਨਾਂ ਨੇ ਬਣਾਏ ਹੋਏ ਸੀ ਨਰਕ ਮਿਲੇਗਾ ਅੱਗੇ ਜਾ ਕੇ ਸਵਰਗ ਮਿਲੇਗਾ ਗੁਰਮਤ ਵਿੱਚ ਤੇ ਨਾ ਨਹੀਂ ਨਾ ਕਿਆ ਕਮਲ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਤੇ ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ ਕਿਹੜਾ ਨਰਕ ਕਿਹੜਾ ਸਵਰਗ ਕਿਹੜੇ ਨਰਕ ਸਵਰਗ ਦੀਆਂ ਗੱਲਾਂ ਕਰਦੇ ਹੋ ਅਸੀਂ ਨਹੀਂ ਮੰਨਦੇ ਇਹਨਾਂ ਗੱਲਾਂ ਨੂੰ ਸਿੱਖ ਕਦੇ ਨਹੀਂ ਭਰੋਸਾ ਕਰਦਾ ਅਸੀਂ ਤੇ ਜਿਉਂਦਿਆਂ ਦਾ ਸਵਰਗ ਦਿਓ ਹੁਣ ਦਿਓ ਅੱਜ ਦਿਓ ਇਹ ਜਿਉਂਦਿਆਂ ਦਾ ਧਰਮ ਹੈ ਮੁਰਦਿਆਂ ਦਾ ਨਹੀਂ ਤੇ ਜਿਹੜਾ ਅੱਜ ਸ਼ਾਂਤ ਹੈ ਬਾਅਦ ਵਿੱਚ ਤੇ ਸ਼ਾਂਤੀ ਹੈ ਜਿਹੜਾ ਮੈਂ ਕੱਲ ਵੀ ਬੇਨਤੀ ਕੀਤੀ ਸੀ ਸਾਡੇ ਵਿੱਚ ਦੇ ਅੱਖਰ ਆ ਗਏ ਆ ਵੀ ਸੱਚੇ ਪਾਤਸ਼ਾਹ ਦੀ ਆਤਮਾ ਨੂੰ ਸ਼ਾਂਤੀ ਬਖਸ਼ੋ ਓਏ ਨਹੀਂ ਭਾਈ ਸਿੱਖ ਦੀ ਆਤਮਾ ਤੇ ਜਿਉਂਦੇ ਜਿਉਂਦੇ ਦੀ ਵੀ ਸ਼ਾਂਤ ਹੋ ਜਾਂਦੀ ਹੈ ਮਰਨ ਤੋਂ ਬਾਅਦ ਸ਼ਾਂਤੀ ਸਿੱਖ ਤੇ ਜਿਉਂਦਾ ਹੀ ਸ਼ਾਂਤ ਹੈ ਸਿੱਖ ਤੇ ਜਿਉਂਦਾ ਹੀ ਟਿਕਿਆ ਹੋਇਆ ਹੈ ਬਾਅਦ ਵਾਲੀ ਸ਼ਾਂਤੀ ਦੀ ਗੱਲ ਨਹੀਂ ਜਿਉਂਦਾ ਹੀ ਸ਼ਾਂਤ ਹੈ ਜਿਉਂਦਾ ਜਿਉਂਦਾ ਤਰੱਕੀ ਕਰਦਾ ਹੈ ਜਿਉਂਦਾ ਜਿਉਂਦਾ ਗਤੀ ਕਰਦਾ ਹੈ ਗਤੀ ਤੇ ਸਪੀਡ ਨੂੰ ਕਹਿੰਦੇ ਆਪਾਂ ਬਸ ਸਪੀਡ ਫੜ ਲਓ ਗਤੀ ਕਰੋ ਗਤੀਸ਼ੀਲ ਹੋ ਜਾਓ ਸਾਡੇ ਲੋਕੀ ਭੇਵੇ ਕਰਾਉਂਦੇ ਫਿਰਦੇ ਨੇ ਕਿ ਮਰਨ ਤੋਂ ਬਾਅਦ ਗਤੀ ਕਰਾਉਣ ਜਾਂਦੇ ਹਾਂ ਅਸੀਂ ਮਰਨ ਤੋਂ ਬਾਅਦ ਲੋਕੀ ਗੱਡੀਆਂ ਕਰਾਉਣ ਜਾਂਦੇ ਆ ਵੀ ਗਤੀ ਕਰਾ ਦਿੱਤੀ ਬੰਦਾ ਮਰ ਗਿਆ ਜੀ ਉਹਦੀ ਗਤੀ ਕਰਾਉਣ ਜਾਂਦੇ ਮਰਨ ਤੋਂ ਬਾਅਦ ਉੱਥੇ ਫਿਰ ਕੱਪੜੇ ਕਹਿਣਗੇ ਕੱਪੜੇ ਦੇ ਦਿਓ ਬਿਸਤਰੇ ਦੇ ਦਿਓ ਗੁਰਦੁਆਰਿਆਂ ਚ ਇੱਥੇ ਵੀ ਮੈਂ ਪੁੱਛਿਆ ਸੀ ਇੱਕ ਦਿਨ ਦੁਆਰ ਚ ਮੈਂ ਕਿਹਾ ਇੱਥੇ ਵੀ ਬਿਸਤਰੇ ਦਿੰਦੇ ਆ ਕਹਿੰਦੇ ਇੱਥੇ ਵੀ ਦਿੰਦੇ ਆ ਵੀ ਮਰੇ ਤੋਂ ਬਾਅਦ ਗੁਰਦੁਆਰੇ ਦੱਸੋ ਕਿਹੜਾ ਤੁਸੀਂ ਡਾਕਖਾਨਾ ਖੋਲਿਆ ਵੀ ਇੱਥੋਂ ਪਾਰਸਲ ਜਾਂਦੇ ਨੇ ਸਿੱਧੇ ਮਰ ਗਿਆ ਤੇ ਬਿਸਤਰਾ ਦੇ ਦਿਓ ਮਰ ਗਿਆ ਤੇ ਭਾਂਡੇ ਦੇ ਦਿਓ ਇੱਥੇ ਸੋਚ ਰਹੇ ਆਪਾਂ ਜਿਉਂਦਿਆਂ ਜਿਉਂਦਿਆਂ ਗਤੀ ਕਰੋ ਜਿਉਂਦਿਆਂ ਜਿਉਂਦਿਆਂ ਸ਼ਾਂਤ ਹੋਵੋ ਜਿਉਂਦਿਆਂ ਜਿਉਂਦਿਆਂ ਸਤਿਗੁਰ ਤੋਂ ਸਿੱਖਿਆ ਲੈ ਕੇ ਸਤਿਗੁਰ ਤੋਂ ਗਿਆਨ ਲੈ ਕੇ ਅਕਲ ਲੈ ਕੇ ਜਿਉਣ ਦਾ ਚੱਜ ਸਿੱਖ ਕੇ ਸ਼ਾਂਤ ਹੋ ਜਾਈਏ ਜਿਉਂਦਿਆਂ ਜਿਉਂਦਿਆਂ ਟਿਕ ਜਾਈਏ
ਭਟਕੀਏ ਨਾ ਸੁਰਗ ਨਰਕ ਤੇ ਮੈਂ ਰਹੇ ਹੋ ਸਤਿਗੁਰੂ ਕਬੀਰ ਸੁਰਗ ਨਰਕ ਤੇ ਮੈਂ ਰਹੇ ਹੋ ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰਵਾਦ ਆ ਆ ਸੀ ਮੰਗਣਾ ਇਹ ਚਰਨ ਕਮਲ ਦੀ ਮੌਜ ਹੈ ਆ ਸਤਿਗੁਰ ਦੀ ਬਾਣੀ ਦੀ ਵਿਚਾਰ ਚਰਨਾਂ ਚ ਰਹਿਣਾ ਹੈ ਹਮੇਸ਼ਾ ਸਤਿਗੁਰ ਦੇ ਬਚਨਾਂ ਨੂੰ ਵਿਚਾਰਨਾ ਸਤਿਗੁਰ ਦੇ ਚਰਨਾਂ ਚ ਰਹਿਣਾ ਹੀ ਹੈ ਹਮੇਸ਼ਾ ਗੁਰਬਾਣੀ ਨੂੰ ਪੜ੍ਹਦੇ ਸੁਣਦੇ ਸਮਝਦੇ ਰਹਿਣਾ ਇਹ ਸਤਿਗੁਰ ਦੇ ਚਰਨਾਂ ਵਿੱਚ ਰਹਿਣਾ ਹੀ ਹੁੰਦਾ ਹੈ ਚਰਨਾਂ ਚ ਰਹਿੰਦੇ ਆ ਸਤਿਗੁਰ ਦੇ ਬਚਨ ਪੜ੍ਹਦੇ ਵਿਚਾਰਦੇ ਰਹੀਦਾ ਚਰਨਾਂ ਚ ਰਹੀਦਾ ਇਹ ਸਾਡੇ ਚਰਨ ਨੇ ਸਾਡੇ ਸਤਿਗੁਰ ਜੀ ਦੇ ਚਰਨ ਇਹੀ ਨੇ ਤੇ ਅਸੀਂ ਉਹੀ ਪੜ੍ਹਦੇ ਸੁਣਦੇ ਰਹੀਏ ਚਰਨਾਂ ਚ ਰਹੀਏ ਬਸ ਆਦ ਤੋਂ ਅੰਤ ਤੱਕ ਜੋ ਭਗਤ ਕਬੀਰ ਸਾਹਿਬ ਕਹਿੰਦੇ ਆ ਇਸ ਕਰਕੇ ਜਿਉਂਦੇ ਜਿਉਂਦੇ ਦਰਗਾਹ ਵਿੱਚ ਚੱਲੀਏ ਜਿਉਂਦੇ ਜਿਉਂਦੇ ਸੁਰਤ ਕਰਕੇ ਮਹਿਸੂਸ ਕਰੀਏ ਤੇ ਜੋ ਮੈਂ ਬੇਨਤੀ ਸ਼ੁਰੂ ਕੀਤੀ ਸੀ ਅੰਦਰ ਗੁਰੇ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਵੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰੱਦਿਆਂ ਦਰਗਹ ਪਾਈਏ ਠਾਓ ਚੜ੍ਹਦੀ ਕਲਾ ਵਾਲੇ ਗੁਰਸਿੱਖਾਂ ਨੂੰ ਪੁੱਛੋ ਬਾਣੀ ਪੜ੍ਹਨ ਸੁਣਨ ਸਮਝਣ ਵਾਲਿਆਂ ਨੂੰ ਪੁੱਛੋ ਉਹ ਕਹਿਣਗੇ ਭਰਾਵੋ ਦਰਗਾਹ 'ਚ ਰਹਿੰਦੇ ਆ ਹਰ ਵੇਲੇ ਦਰਗਾਹ ਨੂੰ ਮਹਿਸੂਸ ਕਰਦੇ ਆ ਪਰਮਾਤਮਾ ਸਰਵ ਵਿਆਪਕ ਹੈ ਉਹਦੀ ਦਰਗਾਹ ਵੀ ਸਰਵ ਵਿਆਪਕ ਹੈ ਬਸ ਸਾਡੇ ਪਕੜ 'ਚ ਨਹੀਂ ਆ ਰਹੀ ਸਾਡੇ ਸਾਨੂੰ ਮਹਿਸੂਸ ਨਹੀਂ ਹੋ ਰਹੀ ਪਰ ਸਤਿਗੁਰੂ ਦੀ ਬਾਣੀ ਨੂੰ ਸਮਝ ਕੇ ਮਹਿਸੂਸ ਹੁੰਦੀ ਹੈ ਫਿਰ ਤੇ ਜਿੰਨੇ ਮਰਜ਼ੀ ਦੁੱਖ ਆ ਜਾਣ ਜ਼ਿੰਦਗੀ 'ਚ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਵੱਡੀਆਂ ਵੱਡੀਆਂ ਤਕਲੀਫਾਂ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ ਮਨ ਸ਼ਾਂਤ ਰਵੇ ਇੱਕ ਰਸ ਬਣਿਆ ਰਵੇ ਅੰਦਰ ਟਕਾਅ ਬਣਿਆ ਰਵੇ ਭਟਕਣਾ ਮੁੱਕ ਜਾਏ ਅੰਦਰੋਂ ਟਿਕੇ ਰਹੀਏ ਬਸ ਫਿਰ ਪਰਵਾਹ ਨਾ ਕਰੀਏ ਜਦੋਂ ਸੁਰਤ ਕਰਕੇ ਦਰਗਾਹ 'ਚ ਰਹਿੰਦੇ ਹਾਂ ਬਾਹਰੋਂ ਭਾਵੇਂ ਜਿੰਨੀਆਂ ਮਰਜ਼ੀ ਤਕਲੀਫਾਂ ਆਈ ਜਾਣ ਜਿੰਨੀਆਂ ਮਰਜ਼ੀ ਮੁਸੀਬਤਾਂ ਆਈ ਜਾਣ ਕਬੀਰ ਮੈਂ ਜਾਣਦੇ ਹੋ ਪੜ੍ਹਵੋ ਭਲਾ ਪੜ੍ਹਵੇ ਸਿਉ ਭਲ ਜੋਗ ਭਗਤ ਨਾ ਛੱਡੋ ਰਾਮ ਕੀ ਭਾਵੇਂ ਨਿੰਦੋ ਲੋਕ ਦੁਨੀਆਂ ਭਾਵੇਂ ਜੋ ਮਰਜ਼ੀ ਕਹੀ ਜਾਏ ਬਸ ਸੱਚ ਦੇ ਰਾਹ ਤੇ ਤੁਰੋ ਤੇ ਤੁਰੇ ਚੱਲੋ ਪਿੱਛੇ ਵੀ ਨਾ ਮੁੜ ਕੇ ਵੇਖੋ ਕਿੰਨੇ ਆ ਰਹੇ ਨੇ ਕਬੀਰ ਸਾਹਿਬ ਕਹਿੰਦੇ ਨੇ ਨਾ ਕਿ ਰਸਤਾ ਤੇ ਬੜਾ ਔਖਾ ਹੈ ਇਹ ਰਾਹ ਤੇ ਬੜਾ ਕਠਨ ਹੈ ਕਬੀਰ ਜੈ ਮਾਰਗ ਪੰਡਿਤ ਗਏ ਪਾਛੈ ਪਰੀ ਰਹੀਰ ਜਿਹੜੇ ਰਾਹ ਤੇ ਵਹਿਮਾਂ ਚ ਪਾਉਣ ਵਾਲੇ ਲੋਕ ਜਾਣਗੇ ਬੜੀ ਦੁਨੀਆਂ ਜਾਏਗੀ ਭਰਮਾਂ ਚ ਪਾਉਣ ਵਾਲੇ ਹੋਣਗੇ ਬਹੁਤ ਜਾਣਗੇ ਹੁਣ ਜਿਵੇਂ ਆਪਾਂ ਇੱਥੇ ਆਏ ਹਾਂ ਮੈਂ ਇੱਕ ਜਗ੍ਹਾ ਕਿਹਾ ਸੀ ਹੁਣ ਇੱਥੇ ਆਏ ਆਪਾਂ ਪ੍ਰੋਗਰਾਮ ਕੀਤਾ ਲਓ ਜੀ ਅੰਮ੍ਰਿਤ ਛਕੋ ਬਾਣੀ ਪੜ੍ਹੋ ਸਹਿਜ ਪਾਠ ਕਰਿਆ ਕਰੋ ਘਰਾਂ ਦੇ ਵਿੱਚ ਬਾਣੀ ਪੜ੍ਹਨ ਦਾ ਸੁਭਾਅ ਬਣਾਓ ਕੱਲ ਵੀ ਕਿਹਾ ਅੱਜ ਵੀ ਕਿਹਾ ਠੀਕ ਹੈ ਜੀ ਸੁਣ ਲਿਆ ਮੰਨਣ ਵਾਲੇ ਹੋਣਗੇ ਪੰਜ ਦਸ ਪੁੱਛਣਗੇ ਬਾਅਦ ਜਾ ਕੇ ਪੋਥੀਆਂ ਕਿੱਥੋਂ ਮਿਲਣਗੀਆਂ ਮੰਗਾਈਏ ਪੜ੍ਹੀਏ ਸਮਝੀਏ ਅੱਛਾ ਜੇ ਇੱਥੇ ਅਨਾਊਂਸਮੈਂਟ ਹੋ ਜਾਏ ਕਿ ਬਾਬਾ ਜੀ ਨੇ ਦੀਵਾਨ ਤੋਂ ਬਾਅਦ ਇੱਥੇ ਬਾਹਰ ਕਮਰੇ ਵਿੱਚ ਮਿਲਣਾ ਹੈ ਤੇ ਜਿਨ੍ਹਾਂ ਦਾ ਦਿਲ ਕਰਦਾ ਦੁੱਖ ਸੁੱਖ ਬੋਲ ਲਓ ਇੱਥੇ ਲਾਈਨਾਂ ਲੱਗੀਆਂ ਰਹਿਣਗੀਆਂ ਭਾਵੇਂ ਸਵੇਰ ਦੇ 3 ਵਜੇ ਤੱਕ ਬੈਠੇ ਰਹੋ ਸਭ ਮਿਲਣਗੇ ਤੇ ਹਰੇਕ ਦੇ ਗੁੱਟ ਤੇ ਜੇ ਧਾਗਾ ਬੰਨੀ ਜਾਵਾਂ ਵੀ ਲੈ ਤੇਰੇ ਦੁੱਖ ਦੂਰ ਲੈ ਇਹੋ ਜਿਹਾ ਕੰਮਾਂ 'ਚ ਸਾਰੇ ਤਿਆਰ ਨੇ ਸਭ ਤਿਆਰ ਹੋ ਜਾਂਦੇ ਨੇ ਵੀ ਆਹ ਤੇ ਕੰਮ ਹੀ ਬੜਾ ਸੌਖਾ ਹੈ ਕਿਹੜਾ ਪਾਠ ਕਰੇਗਾ ਕਿਹੜਾ ਬਾਣੀ ਪੜੇਗਾ ਏਦਾਂ ਦੀ ਗੱਲ ਹੋਵੇ ਨਾ ਪੁੱਠੇ ਕੰਮ ਜਿੰਨੇ ਮਰਜ਼ੀ ਕਰਾ ਲਓ ਇੱਥੇ ਜੇ ਕਹਿ ਦੇਈਏ ਨਾਰੀਅਲ ਦੇ ਰਿਹਾ ਜਿੱਥੋਂ ਮਰਜ਼ੀ ਨਾਰੀਅਲ ਲਿਆਉਣ ਸਮੁੰਦਰ 'ਚ ਦੇਰ ਕੇ ਆਉਣਗੇ ਲੈ ਆਹ ਤੇ ਕੰਮ ਹੀ ਬੜਾ ਵਧੀਆ ਏਦਾਂ ਦੇ ਕੰਮ ਕਰਨ ਨੂੰ ਤਿਆਰ ਗੁੱਟ ਤੇ ਧਾਗੇ ਭਾਵੇਂ 4-4 ਬੰਨ ਦਿਓ ਗਲਾਂ 'ਚ ਤਵੀਤ ਭਾਵੇਂ 4-4 ਲਟਕਾ ਦਿਓ ਸਭ ਗੱਲਾਂ ਮੰਨਣ ਨੂੰ ਤਿਆਰ ਆ ਤੇ ਜੇ ਕੋਈ ਬੰਦਾ ਏਦਾਂ ਦੇ ਵੀ ਆ ਜਾਂਦੇ ਨੇ ਇਹ ਤੇਰੇ ਘਰ ਦਾ ਨਕਸ਼ਾ ਗਲਤ ਬਣਿਆ ਆ ਇੱਥੇ ਏਦਾਂ ਬਣਾ ਦੇ ਇੱਥੇ ਏਦਾਂ ਬਣਾ ਦੇ ਬਣੇ ਵੀ ਢਵਾ ਜਾਂਦੇ ਆ ਕਈ ਵਾਰੀ ਕਹਿਣਗੇ ਗੁੱਡ ਲੱਕ ਤੇਰੀ ਬਾਹਰ ਅੜੀ ਹੋਈ ਆ ਉੱਥੇ ਤਾਂ ਨੀ ਅੰਦਰ ਆ ਰਹੀ ਗੁੱਡ ਲੱਕ ਕਹਿੰਦੇ ਤੇਰੀ ਬਾਹਰ ਅੜ ਗਈ ਤੇ ਜੇ ਤੂੰ ਆ ਏਦਾਂ ਕਰ ਲਏਗਾ ਨਕਸ਼ਾ ਏਦਾਂ ਕਰ ਲਏਗਾ ਫਿਰ ਆ ਜਾਏਗੀ ਅੰਦਰ ਏਦਾਂ ਦਾ ਕੁਝ ਕਰਦੇ ਆ ਤੇ ਇਹੋ ਜਿਹਾ ਬੰਦਿਆਂ ਮਗਰ ਬੜੇ ਲੋਕ ਜਾਂਦੇ ਆ ਭਗਤ ਕਬੀਰ ਸਾਹਿਬ ਕਹਿੰਦੇ ਨੇ ਜੈ ਮਾਰਗ ਪੰਡਿਤ ਗਏ ਪਾਛੈ ਪਰੀ ਵਹੀਰ ਇਹ ਕੰਮ ਘੱਟ ਘੱਟ ਹੀ ਰਾਮ ਕੀਤਾ ਚੜ ਰਹੇ ਹੋ ਕਬੀਰ
ਕਿਨ ਮੈਂ ਜਿਹੜੀ ਜਿਹੜੇ ਰਾਹ ਤੇ ਤੁਰੇ ਆ ਜਿੱਥੇ ਮੈਂ ਪਹੁੰਚਿਆ ਕਹਿੰਦੇ ਜਦੋਂ ਪਿੱਛੇ ਚੜ ਕੇ ਵੇਖਿਆ ਉੱਪਰ ਜਾ ਕੇ ਇਕੱਲਾ ਹੀ ਔਖਾ ਸੀ ਨਾ ਤੇ ਇਕੱਲਾ ਹੀ ਪਿੱਛੇ ਨਹੀਂ ਆਇਆ ਕੋਈ ਤੇ ਮੈਂ ਕਹਿੰਦਾ ਹੁੰਦਾ ਕਿ ਪਿੱਛੇ ਲਾ ਕੇ ਅਸੀਂ ਲੈਣਾ ਵੀ ਕੀ ਹੈ ਸੁਰਜੀਤ ਪਾਤਰ ਨੇ ਲਿਖਿਆ ਸੀ ਕਹਿੰਦੇ ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਰਹਿ ਜਾ ਚਾਰ ਕੁ ਰੱਖ ਲੈ ਰੱਥੀ ਨੂੰ ਵੱਡਾ ਲਾਰ ਲਈ ਚਾਰ ਤੋਂ ਵੀ ਕੀ ਲੈਣਾ ਚਾਰ ਵੀ ਨਾ ਰਹਿਣ ਸਾਹਿਬਜ਼ਾਦਿਆਂ ਨੂੰ ਕਿਹੜੇ ਚਾਰ ਨੇ ਮੋਢੇ ਲਾਏ ਸੀ ਬਾਬਾ ਅਜੀਤ ਸਿੰਘ ਨੂੰ ਕਿਹੜੇ ਚਾਰ ਨੇ ਮੋਢੇ ਲਾਏ ਸੀ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਕਿਹੜੇ ਚਾਰ ਨੇ ਮੋਢਾ ਲਾਇਆ ਸੀ ਬੰਦਾ ਸੱਚ ਤੇ ਖੜੇ ਸੱਚ ਤੇ ਪਹਿਰਾ ਦੇਵੇ ਇਹ ਨਾ ਵੇਖੇ ਕਿ ਚਾਰ ਵੀ ਪਿੱਛੇ ਹੈ ਕਿ ਨਹੀਂ ਮੋਢਾ ਨਹੀਂ ਲਾਣਗੇ ਫਿਰ ਕੀ ਹੋ ਚੱਲਿਆ ਮੋਢਿਆਂ ਵਾਲੇ ਬੜੇ ਆਏ ਇੱਥੇ ਲੱਖਾਂ ਲੱਖਾਂ ਲੋਕਾਂ ਨੇ ਮਗਰ ਤੁਰੇ ਵੀ ਹੈ ਪਰ ਅੱਜ ਕੋਈ ਨਹੀਂ ਪੁੱਛਦਾ ਉਦੋਂ ਇੱਕ ਜਣਾ ਸੀ ਸੇਠ ਟੋਡਰਮੱਲ ਨੇ ਇਕੱਲੇ ਨੇ ਬਾਬਾ ਜੁਝਾਰ ਸਿੰਘ ਦਾ ਸਰੀਰ ਚੁੱਕਿਆ ਸੀ ਉਹਦੇ ਘਰ ਵਾਲੀ ਨੇ ਬਾਬਾ ਫਤਿਹ ਸਿੰਘ ਦਾ ਸਰੀਰ ਚੁੱਕਿਆ ਸੀ ਉਦੋਂ ਇੱਕ ਇੱਕ ਨੇ ਚੁੱਕਿਆ ਸੀ ਪਰ ਅੱਜ ਜਦੋਂ ਨਗਰ ਕੀਰਤਨ ਜਾਂਦਾ ਨਾ ਦਸ ਲੱਖ ਸੰਗਤ ਮਗਰ ਤੁਰਦੀ ਫਤਿਹਗੜ੍ਹ ਸਾਹਿਬ ਹਰ ਸਾਲ ਉਦੋਂ ਤੇ ਇੱਕ ਨਹੀਂ ਚੁੱਕ ਲਿਆ ਸੀ ਅੱਜ ਦਸ ਲੱਖ ਤੁਰਦਾ ਭਾਵ ਕਹਿਣ ਦਾ ਜਿਹੜੇ ਬੰਦੇ ਸੱਚ ਤੇ ਤੁਰ ਪਹਿਰਾ ਦਿੰਦੇ ਆ ਕਦੀ ਪੈ ਜਾ ਕਦਰ ਪਏਗੀ ਜ਼ਿੰਦਗੀ ਦੇ ਰਾਹਾਂ ਵਿੱਚ ਚੱਲਦੇ ਆ ਕਈ ਕੰਨੇ ਤੇਰੇ ਨਾਲ ਖਹਿਣਗੇ ਇੱਕ ਦਿਨ ਤੇਰੇ ਬੂਹੇ ਵਿੱਚ ਆ ਕੇ ਫੁੱਲ ਵੀ ਸਲਾਮ ਕਹਿਣਗੇ ਜੇ ਸੱਚ ਤੇ ਤੁਰੇਗਾ ਜੇ ਸੱਚ ਸੱਚ ਪੱਲੇ ਹੋਏਗਾ ਫੁੱਲ ਵੀ ਸਲਾਮਾਂ ਕਰਨ ਲੱਗ ਜਾਣਗੇ ਤੇ ਜੇ ਨਹੀਂ ਸੱਚ ਪੱਲੇ ਤੇ ਕੰਡੇ ਸੱਚ ਪੱਲੇ ਹੈ ਕੰਡੇ ਜ਼ਰੂਰ ਖੈਂਦੇ ਰਹਿਣਗੇ ਪਰ ਹੌਸਲਾ ਰੱਖਣਾ ਚਾਹੀਦਾ ਦਿਲ ਨਹੀਂ ਜਲਣਾ ਚਾਹੀਦਾ ਸੱਚ ਬੋਲੋ ਆਪਣੀ ਜ਼ਿੰਦਗੀ 'ਚ ਸੱਚ ਲਿਆਓ ਜਿੰਨਾ ਸੱਚ ਆਏਗਾ ਉਨੀ ਸਟ੍ਰੈਸ ਖਤਮ ਹੋ ਜਾਏਗੀ ਪਰਦੇ ਨਾ ਰੱਖੋ ਘਰ ਵਾਲੀ ਤੋਂ ਕੋਈ ਪੜਦਾ ਨਹੀਂ ਸਟ੍ਰੈਸ ਕੋਈ ਨਹੀਂ ਪਰਿਵਾਰ ਤੋਂ ਕੋਈ ਪੜਦਾ ਨਹੀਂ ਸਟ੍ਰੈਸ ਕੋਈ ਨਹੀਂ ਜਿੰਨੇ ਪੜਦੇ ਜ਼ਿਆਦਾ ਉਨੀ ਸਟ੍ਰੈਸ ਜ਼ਿਆਦਾ ਬਸ ਇਹੀ ਨਰਕ ਹੈ ਸਾਡਾ ਜਿਉਂਦਿਆਂ ਦਾ ਨਰਕ ਖਤਮ ਕਰ ਦੇਣਾ ਚਾਹੀਦਾ ਜੋ ਸਤਿਗੁਰ ਕਹਿੰਦੇ ਆ ਉਹਨੂੰ ਪੱਲੇ ਬੰਨੀਏ ਜੋ ਬਾਹਰ ਹੋਵੇ ਉਹੀ ਅੰਦਰ ਹੋਵੇ ਅੰਦਰੋਂ ਬਾਹਰੋਂ ਇੱਕੋ ਜਿਹੇ ਨੇ ਜਿਹੜੇ ਉਹ ਸੱਚ ਨਾਲ ਜੁੜੇ ਨੇ ਜਿਹੜੇ ਉਹ ਸ਼ਾਂਤ ਨੇ ਉਹ ਟਿਕੇ ਹੋਏ ਨੇ ਕੋਈ ਭਟਕਣਾ ਨਹੀਂ ਉਹਨਾਂ ਦੇ ਮਨ ਵਿੱਚ ਬਸ ਜਿੰਨੇ ਪੜਦੇ ਰੱਖੀ ਜਾਂਦੇ ਆ ਉਹਨੇ ਉਲਝ ਰਹੇ ਆ ਆਪਣੀਆਂ ਤਾਣੀਆਂ ਵਿੱਚ ਆਪ ਹੀ ਉਲਝ ਰਹੇ ਆ ਇਸ ਕਰਕੇ ਸਤਿਗੁਰੂ ਦੇ ਬਚਨ ਜਿਹੜਾ ਸੁਣਦਾ ਹੈ ਤੇ ਜਿਹੜਾ ਕਮਾ ਰਿਹਾ ਸਤਿਗੁਰ ਦੇ ਬਚਨ ਜਿਹੜਾ ਸੁਣਦਾ ਵੀ ਹੈ ਸਮਝਦਾ ਵੀ ਹੈ ਤੇ ਆਪਣੀ ਜ਼ਿੰਦਗੀ 'ਚ ਲਾਗੂ ਕਰ ਰਿਹਾ ਹੈ ਉਹਦੀ ਜ਼ਿੰਦਗੀ ਵਿੱਚ ਸ਼ਾਂਤੀ ਆ ਜਾਂਦੀ ਵੇਖੋ ਕਿੰਨੇ ਦੁੱਖ ਝੱਲੇ ਮੈਂ ਕੱਲ੍ਹ ਬੇਨਤੀ ਕੀਤੀ ਸੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦਾ ਜ਼ਿਕਰ ਕਰਦਿਆਂ ਕਿ ਸਰਸਾ ਦੇ ਕੰਢੇ ਤੇ ਨਿਤਨੇਮ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੇ ਨਿਤਨੇਮ ਕਰਕੇ ਸਾਡੇ ਲਈ ਸਦਾ ਪੂਰਨੇ ਪਾ ਕੇ ਗਏ ਆ ਕਿ ਜੋ ਮਰਜ਼ੀ ਹੋਵੇ ਨਿਤਨੇਮ ਕਰਦੇ ਰਹੋ ਬਾਣੀ ਪੜ੍ਹਦੇ ਰਹੋ ਭਿਆਨਕ ਤੋਂ ਭਿਆਨਕ ਸਮਾਂ ਭਾਵੇਂ ਜ਼ਿੰਦਗੀ ਜਾਵੇ ਨਿਤਨੇਮ ਨਾ ਛੱਡਿਆ ਕਰੋ ਬਾਣੀ ਪੜ੍ਹਦੇ ਰਹੋ ਬਾਣੀ ਨਾ ਛੱਡਿਓ ਬਾਣੀ ਦਾ ਪੱਲਾ ਨਾ ਛੱਡਿਓ ਸਾਡੇ ਸਤਿਗੁਰ ਜੀ ਸਾਨੂੰ ਸਮਝਾ ਕੇ ਗਏ ਸਰਸਾ ਦੇ ਕੰਢੇ ਤੇ ਨਿਤਨੇਮ ਕਰਕੇ ਸਾਡੇ ਲਈ ਪੂਰਨੇ ਪਾ ਕੇ ਗਏ ਸੱਚੇ ਪਾਤਸ਼ਾਹ ਤੀਰਥਾਂ ਤੇ ਜਾਣ ਦਾ ਮਤਲਬ ਹੀ ਇਹ ਹੁੰਦਾ ਹੈ ਉੱਥੇ ਸਿਧਾਂਤ ਕੀ ਹੈ ਨਹੀਂ ਤੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਅੱਜ ਦਿਨ ਦੇ ਦੁਆਰ ਵਿੱਚ ਵੀ ਕਿਹਾ ਸੀ ਉਹਨਾਂ ਤੇ ਤੀਰਥ ਬੜੇ ਨੇ ਪਰ ਸਾਡਾ ਤੀਰਥ ਗੁਰ ਗਿਆਨ ਸੱਚਾ ਥਾਨ ਤੀਰਥ ਦਸ ਗੁਰਬ ਸਦਾ ਦਸਾਹਰਾ ਸਾਡਾ ਤੀਰਥ ਹੈ ਸਤਿਗੁਰੂ ਜੀ ਦੀ ਬਾਣੀ ਬਾਣੀ ਪੜ੍ਹੋ ਸੁਣੋ ਬਸ ਇਹ ਸਾਡਾ ਤੀਰਥ ਹੈ ਉਹਨਾਂ ਤੇ ਬੜੇ ਤੀਰਥ ਨੇ ਸੰਸਾਰ ਵਿੱਚ ਕਿੱਥੇ ਕਿੱਥੇ ਜਾਵਾਂਗੇ ਬਸ ਅਸਲੀ ਤੀਰਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਕੀ ਤੀਰਥਾਂ ਨੇ ਜਿਹੜਾ ਜਾਣਾ ਹੈ ਉੱਥੇ ਅਸੀਂ ਸਿਧਾਂਤ ਪੱਲੇ ਬੰਨ ਕੇ ਲਿਆਈ ਬਈ ਇੱਥੇ ਗੁਰੂ ਜੀ ਨੇ ਕੀ ਕੀਤਾ ਸਾਡੇ ਲਈ ਇੱਥੇ ਕੀ ਪੂਰਨੇ ਪਾਏ ਇੱਥੇ ਸਾਨੂੰ ਮਹਾਰਾਜ ਦੱਸ ਕੇ ਕੀ ਗਏ ਸਰਸਾ ਦੇ ਕੰਢੇ ਤੇ ਸਤਿਗੁਰ ਦਾ ਸਾਰਾ ਪਰਿਵਾਰ ਵਿਛੜਿਆ ਸੀ ਉੱਥੇ ਵੀ ਮਹਾਰਾਜ ਨੇ ਨਿਤਨੇਮ ਕਰਕੇ ਸਾਡੇ ਲਈ ਪੂਰਨੇ ਪਾਏ ਬਈ ਨਾਮ ਨੂੰ ਆਪਣਾ ਆਧਾਰ ਬਣਾਓ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ
जिन भुखा सब गवाई है। साध संग दर्शन को है नितनेम जा को सोई दर्शनी सब दर्श ध्यानी है। शब्द विवेक एक टेक जा के मन बसे मान गुर ज्ञान सोई ब्रह्म ज्ञानी है। शब्द विवेक विवेकी है विचारवान है। शब्द विवेक एक टेक जा के मन बसे एक ते टेक रखता है जेड़ा एक अकाल पुरख तो बिना किसी दूजे नु नहीं मनता। शब्द विवेक एक टेक जा के मन वसे मान कादे ते है गुर ज्ञान मान करता पर अपने गुरु दे ज्ञान ते मान गुर ज्ञान सोई ब्रह्म ज्ञानी ओ है ब्रह्म ज्ञानी जेड़ा अपने गुरु दे ज्ञान ते मान करे विचारवान होवे बबेकी होवे ते एक रब तो बिना किसी दूजे नु ना मनता हो एक अकाल पुरख तो बिना किसी दूजे ते टेक ना रखता होवे ओ है ब्रह्म ज्ञानी। इस करके सदा बाणी पढ़ते रहिए नितनेम नाल जुड़े रहिए ते जिवें गुरु गोबिंद सिंह साहिब जी ने सरसा दे कंडे ते नितनेम करके साडे लई पूरने पाए सानू जाच सिखाई कि नितनेम करते रहिए बाणी नू अपने जीवन का आधार बना के रखिए ते जेड़ा बाणी पढ़ता सुनता समझता रहिंदा है। प्रभ बाणी शब्द सो भाखिया ये चंगी भाखिया है। दुख रोग संताप उतरे दुख रोग संताप उतरे रोग संताप उतरे दुख रोग संताप उतरे दुख रोग सुनी सच्ची बाणी सुनी सच्ची बाणी दुख रोग संता चित्रे दुख रोग संता चित्रे सुनी सच्ची बाणी दुख रोग संता चित्रे दुख रोग संता चित्रे सुनी सच्ची बाणी दुख रोग संता चित्रे दुख रोग संता चित्रे सुनी सच्ची बाणी हर नामा चित लाए कोई गवे को सुने कोई गवे को सुने हर नामा चित लाए कोई गवे को सुने कोई गवे को सुने हर नामा चित लाए कोई गवे को सुने कोई गवे को सुने हर नामा चित लाए कोई गवे को सुने कोई गवे को सुने ओ हर नामा चित लाए कोई गवे को सुने कोई गवे को सुने हर नामा चित लाए कोई गवे को सुने कोई गवे को सरसा दे कंडे ते नितनेम कीता महाराज ने फिर सरसा पार करन दा हुकम दिता सी। कहिंदे ने सरसा दे कंडे ते तेरे अणविद मोती खिंड गए। सतगुरु जी दा सारा परिवार सरसा दे कंडे ते विछड़ गया सी। महाराज चाली सिंह एक पासे गुरु के महल भाई मनी सिंह होणा नाल एक पासे छोटे साहिबजादे माता गुजर कौर जी एक पासे चले गए सी। जदों परिवार का विछोड़ा पिया धन गुरु गोबिंद सिंह महाराज ने आखिया महाराज साहबजादे नजर नहीं आते पुछया जदों कलगियां वाले कहन लगे दया सिंह होनी कहने महाराज ले आईए जाके लभीए महाराज कहने नहीं हुण नहीं लभने हुण अगे चलो बस हुण नहीं उन्होंने दर्शन होने। ਉੱਥੋਂ ਚੱਲਦੇ ਚੱਲਦੇ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਏ
निहंग खां कोटले वाले की हवेली च रस्ते कहते दो तीन जगह झड़पा भी हुई दो तीन जगह मुकाबला होया मरिंडे दे कोल ऐसी झड़प हुई कि भाई पचित्र सिंह बुरी तरह जख्मी हो गया। सतगुरु जी निहंग खां कोटले वाले के घर आए दरवाजा खड़काया जदों निहंग खां ने दरवाजा खोलिया तो महाराज कहते निहंग खां इन्हां महाराज जी आया नूं सच्चे पातशाह कहन लगे जे असी आ गए तो मुसीबत भी आ जाएगी नाल साडे मगर फौजां लगियां होईयां ने इहदा गरीब नवाज तुसीं चरण पाओ धन भाग मेरे तुसीं आओ हुण ते भावें मौत भी आ जाए कोई परवाह नहीं। इहदे कलगियां वाले सच्चे पातशाह अंदर चले गए उहने सेवा कीती पिछे लगे ने ਉਹ ਵੀ ਮੁਸਲਮਾਨ ਨੇ ਉਹ ਵੀ ਮੁਗਲ ਨੇ ਜਿਹੜਾ ਉਸ ਵੇਲੇ ਪਨਾਹ ਦੇ ਰਿਹਾ ਉਹ ਵੀ ਇਸਲਾਮ ਧਰਮ ਨਾਲ ਸੰਬੰਧ ਰੱਖਦਾ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਹਰ ਧਰਮ ਵਿੱਚ ਮਾੜੇ ਤੇ ਚੰਗੇ ਲੋਕ ਹੁੰਦੇ ਨੇ ਸਾਡੇ 'ਚ ਵੀ ਮਾੜੇ ਬੜੇ ਨੇ ਸਾਡੇ 'ਚ ਗਦਾਰ ਨਾ ਹੁੰਦੇ ਹਰਿਮੰਦਰ ਸਾਹਿਬ ਢਹਿਜਣ ਨਾ ਬੇਅਦਬੀ ਹੁੰਦੀ ਸਾਡੇ ਗਦਾਰ ਬੜੇ ਹੁਣ ਵੀ ਕੌਮ ਦਾ ਜੇ ਘਾਣ ਹੋ ਰਿਹਾ ਤੇ ਗਦਾਰਾਂ ਕਰਕੇ ਹੋ ਰਿਹਾ ਸਾਡੇ ਵਿੱਚ ਨੇ ਸਾਡੇ ਵਾਲੇ ਪਹਿਰਾਵੇ ਨੇ ਸਾਡੇ ਵਾਲੀਆਂ ਪੱਗਾਂ ਨੇ ਦਾੜੀਆਂ ਵੀ ਨੇ ਗਾਤਰੇ ਵੀ ਪਾਈ ਫਿਰਦੇ ਨੇ ਪਰ ਵਿੱਚੇ ਵਿੱਚ ਉਹ ਨੁਕਸਾਨ ਵੀ ਕਰੀ ਜਾਂਦੇ ਹੁਣ ਵੀ ਹੋ ਰਿਹਾ ਸਾਡੇ ਸਾਹਮਣੇ ਮਾੜੇ ਚੰਗੇ ਬੰਦੇ ਸਾਰੀਆਂ ਕੌਮਾਂ ਵਿੱਚ ਹੁੰਦੇ ਨੇ ਸਾਰੇ ਮਾੜੇ ਨਹੀਂ ਹੁੰਦੇ ਤੇ ਸਾਰੇ ਚੰਗੇ ਨਹੀਂ ਹੁੰਦੇ ਪੰਜੇ ਉਂਗਲਾਂ ਇੱਕ ਸਾਰ ਨਹੀਂ ਪੰਜੇ ਉਂਗਲਾਂ ਇੱਕ ਸਾਰ ਨਹੀਂ ਇਸੇ ਤਰ੍ਹਾਂ ਨਿਹੰਗ ਖਾਂ ਕੋਟਲੇ ਵਾਲਾ ਮੁਸਲਮਾਨ ਹੈ ਪਰ ਮਾਰ ਨੂੰ ਜੀ ਆਇਆ ਕਿਹਾ ਉਹਨੇ ਕਹਿੰਦਾ ਉਹ ਮਹਾਰਾਜ ਚਰਨ ਪਾਓ ਧੰਨ ਪਾਕ ਸਤਿਗੁਰੂ ਜੀ ਥੋੜਾ ਚਿਰ ਬੈਠੇ ਇਹਨੇ ਨੂੰ ਭਾਈ ਪਚਿੱਤਰ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਲੈ ਕੇ ਆਏ ਬਾਬਾ ਅਜੀਤ ਸਿੰਘ ਮਹਾਰਾਜ ਬੁਰੀ ਤਰ੍ਹਾਂ ਜ਼ਖਮੀ ਹੈ ਬੜੇ ਫੱਟ ਲੱਗੇ ਹੈ ਸਰੀਰ ਤੇ ਮਹਾਰਾਜ ਕਹਿੰਦੇ ਚੰਗਾ ਨਿਹੰਗ ਖਾਂ ਤੂੰ ਬਚਿੱਤਰ ਸਿੰਘ ਨੂੰ ਸਾਂਭ ਲਈ ਅਸੀਂ ਚੱਲੇ ਕਲਗੀਆਂ ਵਾਲੇ ਚਲੇ ਗਏ ਬਚਿੱਤਰ ਸਿੰਘ ਦੇ ਸਿਰ ਤੇ ਹੱਥ ਰੱਖਿਆ ਬੇਹੋਸ਼ ਹੈ ਮਹਾਰਾਜ ਚਲੇ ਗਏ ਘੇਰਾ ਪੈ ਗਿਆ ਜਦੋਂ ਘਰ ਨੂੰ ਘੇਰਾ ਪੈ ਗਿਆ ਕਹਿੰਦੇ ਜੀ ਉਹ ਆ ਕੇ ਕਹਿਣ ਲੱਗੇ ਤੇਰੇ ਘਰ ਗੁਰੂ ਗੋਬਿੰਦ ਸਿੰਘ ਆਏ ਨੇ ਕਹਿੰਦਾ ਮੇਰੇ ਘਰ ਨਹੀਂ ਹੈ ਤਲਾਸ਼ੀ ਲੈਣੀ ਹੈ ਲੈ ਲਓ ਤਲਾਸ਼ੀ ਲੈ ਰਹੇ ਨੇ ਫਿਰ ਰਹੇ ਨੇ ਫਿਰਦਿਆਂ ਫਿਰਦਿਆਂ ਕਮਰੇ ਦੇ ਵਿੱਚ ਪਿਆ ਵੇਖਿਆ ਬਚਿੱਤਰ ਸਿੰਘ ਨੂੰ ਇਹ ਕੌਣ ਹੈ ਉੱਤੇ ਕੱਪੜਾ ਪਾਇਆ ਕਹਿੰਦਾ ਮੇਰਾ ਦਾਮਾਦ ਆਇਆ ਹੋਇਆ ਥੱਕਿਆ ਸੁੱਤਾ ਹੈ ਜੇ ਕਹਿੰਦੇ ਉਠਾ ਦੇਣਾ ਉਹਨਾਂ ਨੇ ਕੱਪੜਾ ਨਹੀਂ ਲਵਾਇਆ ਫਿਰਦੇ ਫਿਰਦੇ ਨਿਕਲ ਗਏ ਬਾਹਰ ਇਹਦੀ ਲੜਕੀ ਸੀ ਮੁਮਤਾਜ ਜਦੋਂ ਇਹਦੇ ਅੱਬਾ ਨੇ ਕਿਹਾ ਕਿ ਮੇਰਾ ਦਾਮਾਦ ਹੈ ਉਹਨੇ ਜਾ ਕੇ ਉਹਦੇ ਮੱਥਾ ਟੇਕ ਦਿੱਤਾ ਉਹਨੂੰ ਹੀ ਸਮਝ ਲਓ ਆਪਣਾ ਪਤੀ ਮੰਨ ਲਿਆ ਥੋੜੇ ਦਿਨਾਂ ਬਾਅਦ ਉਹਦੇ ਨਿਕਾਹ ਦੀ ਗੱਲ ਚੱਲੀ ਕਹਿਣ ਲੱਗੀ ਅੱਬਾ ਮੈਂ ਨਿਕਾਹ ਨਹੀਂ ਕਰਾਉਣਾ ਭਾਈ ਬਚਿੱਤਰ ਸਿੰਘ ਤੇ ਉਸੇ ਵੇਲੇ ਸਰੀਰ ਛੱਡ ਗਿਆ ਉਹਦੇ ਬਚਿੱਤਰ ਸਿੰਘ ਦਾ ਸੰਸਕਾਰ ਘਰ ਚ ਕੀਤਾ ਘਰ ਵਿੱਚ ਸੰਸਕਾਰ ਕੀਤਾ ਨਿਹੰਗ ਖਾਂ ਕੋਟਲੇ ਵਾਲੇ ਨੇ ਉਹਦੀ ਹਵੇਲੀ ਚ ਭਾਈ ਬਚਿੱਤਰ ਸਿੰਘ ਦਾ ਸੰਸਕਾਰ ਹੋਇਆ ਉਹ ਭਾਈ ਬਚਿੱਤਰ ਸਿੰਘ ਜਿਹਨੇ ਹਾਥੀ ਦੇ ਮੱਥੇ ਚ ਲਾਗ ਦੀ ਮਾਰੀ ਭਾਈ ਬਚਿੱਤਰ ਸਿੰਘ ਨੇ ਉਹਨੂੰ ਕਹਿੰਦਾ ਮੈਂ ਕਹਿੰਦੀ ਆਪਣਾ ਪਤੀ ਮੰਨ ਲਿਆ ਉਹਦਾ ਪਿਓ ਕਹਿੰਦਾ ਪਿਤਾ ਨਿਹੰਗ ਖਾਂ ਕਹਿੰਦਾ ਧੀਏ ਉਹਨੇ ਤੇ ਅੱਖਾਂ ਵੀ ਨਹੀਂ ਖੋਲੀਆਂ ਤੇਰੇ ਵੱਲ ਉਹਨੇ ਵੇਖਿਆ ਵੀ ਨਹੀਂ ਉਹ ਕਹਿਣ ਲੱਗੀ ਵੇਖਿਆ ਭਾਵੇਂ ਨਹੀਂ ਪਰ ਤੁਸੀਂ ਕਿਹਾ ਸੀ ਇਹ ਮੇਰਾ ਦਾਮਾਦ ਹੈ ਮੈਂ ਉਹਨੂੰ ਆਪਣਾ ਪਤੀ ਮੰਨਿਆ ਅੱਖਾਂ ਭਾਵੇਂ ਨਹੀਂ ਖੋਲੀਆਂ ਪਰ ਮੈਂ ਹੁਣ ਨਿਕਾਹ ਨਹੀਂ ਕਰਾਉਣਾ ਮੈਂ ਭਾਈ ਬਚਿੱਤਰ ਸਿੰਘ ਦੀ ਵਿਧਵਾ ਬਣ ਕੇ ਸਾਰੀ ਜ਼ਿੰਦਗੀ ਕੱਢ ਦਿਆਂ ਤੁਹਾਡੀ ਪੱਗ ਨੂੰ ਦਾਗ ਨਹੀਂ ਲੱਗਣ ਦਿਆਂਗੀ
फिकर ना करो, मैं उसकी विधवा बन के जिंदगी कर सकती सारी। इदां दे भी सी लोग पहले समय च, माता पिता दे एक इशारा हो गया उसे नूं सत बचन कहण वाले। जे गुरमुख माता पिता हुंदे ने बच्चियां ते भी उहदा असर हुंदा है, परिवारां ते भी उहदा असर हुंदा है। प्रैक्टिकली जदों इह साडी लाइफ नूं वेखदे आ बच्चे बिगड़ जांदे ने। असी सिखी सुनाउणी नहीं, सिखी विखाउणी है घरां च भी इदां दे हुंदे ने गुरसिख। सिखी ज्यों के विखाइए, जीवन विखाइए, इदां दा हुंदा खालसे दा जीवन। मां बने पर गुरसिख मां बने, पिता होवे गुरसिख पिता होवे। वड्डी तों वड्डी पदवी ते पहुंचो, जज बन जाओ गुरसिख जज बनो, गुरसिख वकील बनो, गुरसिख पायलट बनो, गुरसिख पिता बनो, गुरसिख भरा बनो, गुरसिख पुत्र बनिए। गुरसिख बन के विखाइए ता जो बच्चियां ते परिवार ते असर होवे। जदों बच्चे वेखदे आ ना ये नितनेम करता है, ना बाणी पढ़ता है, गल गल ते झूठ बोलता है, अंदरों कुछ हो रहा है, बाहरों कुछ हो रहा है, फिर बच्चे बदल जाते हैं। पिता साडा किन्ने बजे नितनेम करता है, किन्ने बजे उठता है, यह सारा कुछ बच्चे वेखदे आ, उहदा असर फिर मन ते हुंदा है। इस करके जे बच्चियां नूं जोड़ के रखना है, अपने बच्चियां नूं सिखी सुनाइए ना, सिखी ज्यों के विखाइए। इहनूं कहिंदे सिखी, ऐदां दे हुंदे ने गुरसिख, उहदा असर फिर मन ते होएगा। हुण वेखो कलगियां वाले चले गए उत्थों, चमकौर दी गड़ी च गए, रात सारी लंघी, सारी रात गुरु गोबिंद सिंह सच्चे पातशाह सिंघां नूं कहण लगे तुसीं आराम करो असीं पहरा देंगे। सिंह नहीं मनदे, महाराज कहिंदे नहीं तुसीं अज आराम करो मैनूं पहरा देण दे। सारी रात महाराज कहिंदे पहरा दिंदे ने। कल्ले कल्ले सिंह कोल गए, इत्थों तक भी लिखिआ वी कईआं दे चरण वी घुटण लग पए वी सिंघो पैर घुटदे आ। धर्म वास्ते सच वास्ते तुसी अपनियां जानां तली ते तरियां होईआं। 10 लाख फौज दा कहिंदे ने घेरा पिया सी कठा 40 सिंघां ते। सवेर वेले जदों पता लगा गुरु गोबिंद सिंह सच्चे पातशाह बहुत वड्डा फौज दा घेरा पै गया। सच्चे पातशाह सिंघां नूं हौसले दिंदे आ, जंग दे जापेत दापेत सिखाउंदे आ। फिर कहिंदे ने 8-8 सिंघां दा जथा बना के गुरु गोबिंद सिंह सच्चे पातशाह, पहला जथा गया शहीद हो गया, दूजा जथा गया शहीद हो गया, तीजा जथा जदों जाण लग्या बाबा अजीत सिंह जी आए, कहिंदे महाराज मैनूं जंग विच जाण दी आग्या दे दिओ। गुरु गोबिंद सिंह महाराज बड़े खुश होए, कहिंदे जे मैं आप सदा उहदा अर्थ कुछ होर सी, तू आपे चल के आया है, तेरी कुर्बानी नूं वेख के अनेकां नौजवान लोड़ पैण ते अपनियां जानां वार दिया करनगे। और सच भी है, अज तक असीं वेखने आ पंजाब च रहिंदे आ, कोई गल इदां दी बण जाए, कोई गुरु ग्रंथ साहिब दी बेअदबी दी गल आवे, बहुत लोग सड़कां ते आ जांदे ने, जानां तक भी वार दिंदे ने अपनियां। किन्ने सिंह आपां वेख्या पिछे, दर्शन सिंह लोहारा शहीद होया, कमलदीप सिंह संगरूर दा शहीद होया, बॉम्बे दे विच इक सिंह शहीद होया, डबाली विच सिंह शहीद होया, जसपाल सिंह शहीद होया गुरदासपुर। अब थोड़े जे समय च वेख्या भी जोश ते है, कौम विच शेरां दी कमी नहीं, 100 शेर पिछे ला के 100 भेद पिछे ला के अगे एक शेर ला दिओ, मोर्चे फतेह हो जांदे। शेर इको वे 100 भेड़ ला दिओ पिछे, 100 बकरी जित जाणगे, जे 100 शेर ला के पिछे अगे भेड़ ला दिओ फिर हारना ही हारना। कौम विच ते शेर अज भी है आ, भावें थोड़े आ, पर अगवाई करन वालियां भेड़ां ने। अगवाई करन वालियां दा जीवन कोई नहीं, डर यह लगता है कोई पता नहीं किन्ने कदों किहदी झोली च जा पैना हुंदा है, डर यह लगता है।
ਅਸੀਂ ਵੇਖਿਆ ਬਹੁਤ ਥਾਵਾਂ ਤੇ ਹੁਣ ਇੰਡੀਆ ਰਹਿੰਦੇ ਆ ਇੱਥੋਂ ਦਾ ਤੇ ਇੰਡੀਆ ਦਾ ਬੜਾ ਫਰਕ ਹੈ ਇੱਥੇ ਗੱਲ ਕਰਨ ਤੇ ਇੰਡੀਆ ਗੱਲ ਕਰਨ ਦਾ ਦਿਨ ਰਾਤ ਦਾ ਫਰਕ ਹੈ ਇੱਥੇ ਇੱਥੋਂ ਜਿਹੜਾ ਐਂਗਲ ਬਣਦਾ ਨਾ ਸੋਚਣ ਦਾ ਇੰਡੀਆ ਚ ਟੋਟਲੀ ਡਿਫਰੈਂਟ ਹੈ ਫਰਕ ਹੈ ਬੜਾ ਉੱਥੇ ਰਹਿ ਕੇ ਬੜਾ ਫਰਕ ਹੈ ਤੇ ਉੱਥੇ ਵੇਖਿਆ ਕਈ ਇਹਨਾਂ ਦੇ ਰੌਲੇ ਚੱਲਦੇ ਆ ਜਾ ਜਾ ਕੇ ਵਿੱਚ ਅਸੀਂ ਵਿੱਚ ਬਹਿ ਬਹਿ ਕੇ ਵੇਖਿਆ ਕਿ ਬੰਦੇ ਗੱਲਾਂ ਕੁਝ ਹੋਰ ਕਰਦੇ ਆ ਬਾਅਦ ਚ ਗੱਲ ਕੁਝ ਹੋਰ ਕਰਦੇ ਆ ਕੌਮ ਨੂੰ ਕੁਝ ਹੋਰ ਦੱਸਦੇ ਆ ਫੋਨ ਤੇ ਗੱਲਾਂ ਉਹਨਾਂ ਦੀਆਂ ਕੁਝ ਹੋਰ ਹੀ ਹੁੰਦੀਆਂ ਟੋਟਲੀ ਵੱਖਰਾਪਨ ਹੈ ਆਗੂਆਂ ਵਿੱਚ ਤੜ ਨਹੀਂ ਉਹ ਆਗੂ ਨਹੀਂ ਅਕਾਲੀ ਫੂਲਾ ਸਿੰਘ ਵਰਗੇ ਮਹਾਰਾਜੇ ਰਣਜੀਤ ਸਿੰਘ ਨੂੰ ਦਰਖਤ ਨਾਲ ਬੰਨ ਲੈਣਗੇ ਗਲਤੀ ਕੀਤੀ ਤੂੰ ਅਕਾਲੀ ਫੂਲਾ ਸਿੰਘ ਵਰਗੇ ਆਗੂ ਨਹੀਂ ਅੱਜ ਸਾਡੇ ਕੋਲ ਮਹਾਰਾਜੇ ਰਣਜੀਤ ਸਿੰਘ ਬੰਨੋ ਇਹਨੂੰ ਦਰਖਤ ਦੇ ਨਾਲ ਬੰਨ ਲਿਆ ਸੀ ਸੱਤ ਕੋਰੜਿਆਂ ਦੀ ਸਜ਼ਾ ਸੁਣਾਈ ਸੀ ਮੰਨਣ ਵਾਲਾ ਵੀ ਸੀ ਕਮਾਲ ਦੀ ਗੱਲ ਇਹ ਹੈ ਕਿ ਮੰਨਣ ਵਾਲਾ ਮਹਾਰਾਜੇ ਰਣਜੀਤ ਸਿੰਘ ਵਰਗਾ ਵੀ ਸੀ ਸਜ਼ਾ ਲਾਉਣ ਵਾਲਿਆਂ ਵਿੱਚ ਵੀ ਕਿੱਡੀ ਵੱਡੀ ਤਾਕਤ ਸੀ ਕਿੱਡੀ ਜ਼ੁਰਤ ਸੀ ਉਹਨਾਂ ਦੇ ਵਿੱਚ ਪਰ ਅੱਜ ਕੱਲ੍ਹ ਜੋ ਕੁਝ ਹੋ ਰਿਹਾ ਆਪਾਂ ਸਭ ਵੇਖ ਰਹੇ ਹਾਂ ਲੂਟਾ ਹੈ ਜਿਹਨਾਂ ਨੇ ਸ਼ਰੇਆਮ ਮੁਲਕ ਕੋ ਉਨ ਲਫੰਡਰੋਂ ਕੀ ਕੋਈ ਤਲਾਸ਼ੀ ਨਹੀਂ ਦਿੱਤਾ ਗਰੀਬ ਲਹਿਰੋਂ ਪਰ ਪਹਿਰੇ ਬਿਠਾਏ ਜਾਂਦੇ ਹੈ ਸਮੁੰਦਰੋਂ ਕੀ ਕੋਈ ਤਲਾਸ਼ੀ ਨਹੀਂ ਲੈਂਦਾ ਗਰੀਬ ਲਹਿਰਾਂ ਨੂੰ ਤੇ ਇਹ ਪਹਿਰੇ ਲਾਉਂਦੇ ਹੈ ਪਰ ਸਮੁੰਦਰਾਂ ਵੱਲ ਵੇਖਦੇ ਵੀ ਨਹੀਂ ਵੱਡੇ ਵੱਡੇ ਕੱਪੜੇ ਕਰਕੇ ਕਿੰਨਾ ਕੁਝ ਹੋ ਗਿਆ ਸਾਡੇ ਸਾਹਮਣੇ ਬੋਲਦਾ ਨਹੀਂ ਕੋਈ ਆਵਾਜ਼ ਨਹੀਂ ਉਠਾਉਂਦਾ ਪਰ ਬੇਨਤੀ ਮੈਂ ਇੰਨੀ ਕੀਤੀ ਹੈ ਪਿਛਲੇ ਦੀਵਾਨਾਂ ਵਿੱਚ ਕਿ ਅਸੀਂ ਕਹਿੰਦੇ ਹਾਂ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਓ ਪਰ ਜੇ ਕੂਕਰ ਆਪਣੇ ਆਪ ਨੂੰ ਕਹਾਣੇ ਆ ਨਾ ਅਸੀਂ ਜੀ ਗੁਰੂ ਘਰ ਦੇ ਕੂਕਰ ਆ ਪਰ ਕੁੱਤੇ ਵਾਲੀ ਡਿਊਟੀ ਵੀ ਕਰਨੀ ਚਾਹੀਦੀ ਹੈ ਕੁੱਤਾ ਡਿਊਟੀ ਕੀ ਕਰਦਾ ਹੈ ਗਲ ਭਾਵੇਂ ਨਾ ਫੜ ਸਕੇ ਪਰ ਰੌਲਾ ਤੇ ਪਾਉਂਦਾ ਹੀ ਹੈ ਚੋਰ ਆ ਗਿਆ ਗਲ ਤੇ ਫੜਦਾ ਨਹੀਂ ਫੜਿਆ ਜਾਂਦਾ ਤੇ ਰੌਲਾ ਤੇ ਪਾਉਂਦਾ ਜਾਗੋ ਭਾਈ ਜਾਗੋ ਚੋਰ ਆ ਗਿਆ ਜੇ ਗੁਰੂ ਘਰ ਦੇ ਕੂਕਰ ਆ ਤੇ ਡਿਊਟੀ ਕਿਹਨੇ ਕਰਨੀ ਹਰੇਕ ਹੀ ਕਹਿੰਦਾ ਕੂਕਰ ਆ ਹਰ ਬੰਦਾ ਇਹ ਬੋਲਦਾ ਹੈ ਅਸੀਂ ਜੀ ਗੁਰੀ ਗੁਰੂ ਘਰ ਦੇ ਕੂਕਰ ਆ ਤੇ ਕੁੱਤੇ ਵਾਲੀ ਡਿਊਟੀ ਕੌਣ ਕਰੇਗਾ ਡਿਊਟੀ ਇਹ ਹੈ ਵੀ ਜਿੱਥੇ ਗਲਤ ਹੋ ਰਿਹਾ ਘੱਟ ਤੋਂ ਘੱਟ ਕੌਮ ਨੂੰ ਦੱਸੀਏ ਤੇ ਸਹੀ ਕੀ ਹੈ ਗਲਤ ਹੋ ਰਿਹਾ ਲਿਖ ਕੇ ਦੱਸੋ ਬੋਲ ਕੇ ਦੱਸੋ ਅੱਜ ਤੇ ਤੁਹਾਡੇ ਕੋਲ ਮੀਡੀਏ ਦਾ ਬੜਾ ਸੋਹਣਾ ਸਾਧਨ ਹੈ ਇੱਕ ਮਿੰਟ ਵਿੱਚ ਸਾਰੇ ਵਰਲਡ 'ਚ ਗੱਲ ਪਹੁੰਚ ਜਾਂਦੀ ਹੈ ਖੋਜ ਕਰੋ ਲੱਭੋ ਮੈਂ ਬਹੁਤ ਵਾਰ ਕਿਹਾ ਸਿਰ ਬੜੇ ਲਾਏ ਨੇ ਹੁਣ ਸਿਰ ਵਰਤਣ ਦੀ ਲੋੜ ਹੈ ਹੁਣ ਦਿਮਾਗ ਤੋਂ ਕੰਮ ਲੈਣ ਦੀ ਵੀ ਲੋੜ ਹੈ ਬੜੀ ਸਿਰ ਬੜੇ ਲਾਏ ਆ ਹੁਣ ਸਿਰ ਵਰਤੀਏ ਵੀ ਨਾਲ ਵੇਖੀਏ ਕੀ ਹੋ ਰਿਹਾ ਹੁਣ ਵਿਚਾਰਾਂ ਦੀ ਜੰਗ ਹੈ ਜਿਸ ਥਾਂ ਤੇ ਬੈਠੇ ਹੋ ਜੇ ਤੁਸੀਂ ਇੰਟਰਨੈਟ ਤੇ ਬੈਠੇ ਹੋ ਉੱਥੇ ਆਪਣੇ ਤਰੀਕੇ ਨਾਲ ਪ੍ਰਚਾਰ ਕਰੋ ਦੱਸੋ ਧਰਮ ਵਿੱਚ ਕੀ ਹੋ ਰਿਹਾ ਗਲਤ ਬੰਦਿਆਂ ਨੂੰ ਸਾਹਮਣੇ ਲੈ ਆਓ ਪੇਸ਼ ਕਰੋ ਮੈਂ ਵੇਖਿਆ ਇੱਕ ਜੁੱਟ ਹੋਏ ਸੀ ਆ ਭਾਈ ਗੁਰਬਖਸ਼ ਸਿੰਘ ਦਾ ਰੌਲਾ ਚੱਲਿਆ ਸੀ ਪਿਛੇ ਇੰਡੀਆ ਚ ਅਸੀਂ ਉੱਥੇ ਵਿੱਚ ਜਾਂਦਾ ਰਿਹਾ ਮੈਂ ਵੇਖਿਆ ਸਾਰੀ ਕੌਮ ਨੂੰ ਇਕੱਠੀ ਹੋ ਗਈ ਸੀ ਕਿਉਂ ਭਲਾ ਕਿਉਂਕਿ ਤੁਸੀਂ ਸਾਰੇ ਇਕੱਠੇ ਹੋ ਗਏ ਸੀ ਭਾਈ ਰਾਜੋਆ ਨੇ ਵੇਲੇ ਸਾਰੀ ਕੌਮ ਇੱਕ ਜੁੱਟ ਸੀ ਇੱਕ ਇੱਕ ਹੋਣ ਦੀ ਲੋੜ ਹੈ ਕੋਈ ਨਹੀਂ ਸਾਡੇ ਸਾਹਮਣੇ ਖੜ ਸਕਦਾ ਬਸ ਜਿਹੜਾ ਝੂਠ ਹੋ ਰਿਹਾ ਉਹਨੂੰ ਜਾਗਰੂਕ ਕਰੋ ਨਸ਼ਰ ਕਰੋ ਪਤਾ ਲੱਗੇ ਵੀ ਇਹ ਗਲਤ ਹੋ ਰਿਹਾ ਸਾਰੀ ਦੁਨੀਆਂ ਨੂੰ ਪਤਾ ਲੱਗਣਾ ਚਾਹੀਦਾ ਆਪਣੇ ਆਪ ਹੀ ਪਛਾਣ ਹੋ ਜਾਏਗੀ ਸਦਾ ਨਹੀਂ ਇਹ ਟਿਕੇ ਰਹਿ ਸਕਦੇ ਹਨੇਰੀ ਜਦੋਂ ਸੱਚ ਦੀ ਆਉਂਦੀ ਹੈ ਵੱਡੇ ਵੱਡੇ ਡਾਂਡ ਟੁੱਟ ਜਾਂਦੇ ਆ ਸੱਚ ਦੀ ਹਨੇਰੀ ਆਏਗੀ ਵੱਡੇ ਵੱਡੇ ਜੜੋਂ ਪੁੱਟੇ ਜਾਂਦੇ ਆ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣੇ ਤੌਰ ਤੇ ਯਤਨਸ਼ੀਲ ਹੋਵੋ ਆਪਣੇ ਤੌਰ ਤੇ ਕਰੀਏ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਕਹਿੰਦੇ ਆਪ ਆਇਆ ਚੱਲ ਕੇ ਜੀਤ ਸਿਆ ਹੁਣ ਜਦੋਂ ਵੀ ਕੌਮ ਨੂੰ ਲੋੜ ਪਏਗੀ ਤੇਰੇ ਵਰਗੇ ਨੌਜਵਾਨ ਆਇਆ ਕਰਨਗੇ ਤੁਹਾਡੀਆਂ ਕੁਰਬਾਨੀਆਂ ਤੋਂ ਸੇਧ ਲੈ ਕੇ ਕਦੇ ਬਣਦੀਆਂ ਕੌਮਾਂ ਨਹੀਂ ਇਸ ਗੱਲੋਂ ਕਿ ਰਾਜਿਆਂ ਦੇ ਬਹੁਤੇ ਪੂਰ ਜੰਮੇ ਵੀ ਰਾਜੇ ਬੜੇ ਆਏ ਸਾਡੀ ਕੌਮ ਵਿੱਚ ਨਹੀਂ ਆਉਣ ਵਾਲੀਆਂ ਨਸਲਾਂ ਏ ਪੁੱਛਣਾ ਏ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ ਇਹ ਵੇਖਿਆ ਜਾਏਗਾ ਕੌਮ ਵਿੱਚ ਕਿੰਨੇ ਸ਼ਹੀਦ ਜਜ਼ਬੇ ਵਾਲੇ ਹੋਏ ਬਾਬਾ ਅਜੀਤ ਸਿੰਘ ਗਏ ਜੂਝਦੇ ਰਹੇ ਸ਼ਹੀਦੀ ਪ੍ਰਾਪਤ ਕਰ ਗਏ ਕਲਗੀ ਧਰ ਦੀ ਉੱਚੀ ਗੜੀ ਤੇ ਖਲੋਤਿਆਂ ਨੇ ਜਕਾਰਾ ਲਾਇਆ ਥੱਲੇ ਆਏ ਜੁਝਾਰ ਸਿੰਘ ਖੜਾ ਮਹਾਰਾਜ
जोगी अल्लाह यार खाने लिखा सी भैया से बिछड़ कर हमें जीना नहीं आता, खाना नहीं सोना नहीं पीना नहीं आता, मैं अपने भरा तो बिछड़ के नहीं रह सकता। शस्त्र विद्या कथिया नु सिखाई, शास्त्र विद्या कथिया नु सिखाई, अस्त्र विद्या कथिया नु सिखाई, शीन होने वेले अलग क्यों कर देते। फिर वार ने आख्या कि छोटा तलवार चलानी नहीं आती, तेनू लड़ना नहीं आता। जुझार सिंह जी ने कहा जे लड़ना नहीं आता तो मरना भी आता है, जे तलवार चलानी नहीं आती तो चलती तलवार अगे सिर धरना भी आता है। आगे आ दे मैं भी जाना है। बाबा जुझार सिंह भी गए सी चमकौर की गड़ी। बस एक ही तीर्थ है इंद में यात्रा के लिए, कटवाए बाप ने बेटे जहां खुदा के लिए। वो धरती शाम पई जंग बंद होया, साहबजादे दोवे शहीद हो गए, और थोड़े सिंह रह गए काफी शहीद हो गए। शाम नू मारे कहने कल जंग च जावांगे जूझ के शहीदी प्राप्त कर जांगे। उस वेले सिंघां ने बेनती की महाराज साडे वर्गे तुसी लखां बना सकदे हो, असी लखां रल के गुरु गोबिंद सिंह दूजा नहीं बना सकते। तुसी लखां बना दोगे साडे वर्गे, असी ते नहीं बना सकते। सरसे वाला बन नहीं लगा सी गोबिंद सिंह, बन नहीं लगा सी। जिदन तो बन लगा उदन भी विपता पी, सुत्ता नहीं उदन का, जिदन तो उन्हें पोशाक पाई है। हुण ते भी गल क्लीयर हो गई, किने दित्ती भी सरकार ने सी साडी ने, जिहड़ी उन्हें पोशाक पाई सी। हुण ते भी कहिंदे आ क्लीयर होई है गल भी साडियां सरकारां उहनूं दे के आईआं सी भी पा, उन्हें पोशाक पा ली। जिहड़े चार शहीद हो गए मावां दे पुत्तर, उह कित्थों पूरे होणगे। जिहड़े लड़े सोटियां खादियां मारा खादियां, जिन्हां उत्ते केस हो रहे ने हुण तक, जेलां विच पए आ कई, पर इह सारा वोटां दा सिस्टम चल रहा, पता नहीं लगदा इन्हां दीआं नीतियां दा कि की करदे आ, कित्थों तक गिर जांदे आ। वेखो जरा बाबा सारे शहीद होण तों बाद मारे कहिंदे असीं जावांगे, कहने महाराज तुसी जंग विच ना जायो, तुहाडे वर्गा सानू नहीं लभणा। साडी बेनती है तुसी चमकौर दी गड़ी नूं छड के चले जाओ। पहला नहीं सी मनदे पर बहुता कहण ते फिर सच्चे पातशाह गए। लुक के नहीं जाना, ललकार के जाना है, ताड़ी मार के निकले बाहर, ताड़ी मार के फिर निकले। जोड़ा लाता महाराज, जोड़ा पा लो। कहते शहीदां दे शरीर भी पए ने, किसे शहीद दे नाल मेरा पैर ना लग जाए, शरीर नाल यह सत्कार है। शहीदां दा सत्कार, शहीदां नूं मनदे आ। मैं बेनती बहुत बार की है, इंडिया जाने आ जी शहीदां नूं मनदे आ, सी किन्ने ने जिहड़े शहीदां नूं मनदे ने। शहीदां दे नाम ते जोत लांदे आ, शहीदां दे नाम ते मेले करांदे आ, पर जो शहीद कहिंदे सी मन लो फिर शहीद मन्ने जाणगे। शहीद की कहिंदे आ, मन्नो मन्ने गए शहीद। बाबा जरनैल सिंह जी मनदे आ उहनां नूं, उह कहिंदे की मन्नो। भाई तारू सिंह नूं शहीद मनदे आ, बाबा दीप सिंह दी फोटो लाई है जोत लाने आ, बाबा दीप सिंह नूं बड़ा मनदे आ, बाबा दीप सिंह शहीद ने, ते बाबा दीप सिंह कहिंदे की सी मन लो बाबा जी मन्ने जाणगे, फिर मन्ने जाणगे। इदां दे नहीं तुसी जोत ला रहे ते मन्ने गए, बाबा दीप सिंह कहिंदे की है मन्नो, भाई तारू सिंह कहिंदे की है मन्नो, साहबजादे कहिंदे की है ये मन्नो, तां मन्ने जाणगे शहीद। शहीद मनदे आ, शहीदां दी मननी पैगी। उन्होंने क्यों कुर्बानी की, बस ये गल मन लो फिर शहीद मन्ने जाते हैं, फिर मन्ने जाते हैं शहीद। सारी जिंदगी जोत लाते रहे, सारी जिंदगी असी मनाण मनण का दिखावा करते रहे, वो कादे लई कुर्बान होए सी ये गल ते मन्नी हुई नहीं, वो तो चेता ही भुल गया। महाराज तुसी चले जाओ, फिर गुरु गोबिंद सिंह ताड़ी मार के निकले सी, लुक के नहीं जाना, कहिंदे ललकार के जाना है।
ਬਦਲਾਂ ਵਿੱਚ ਬਿਜਲੀ ਲਿਸ਼ਕਦੀ ਸੀ, ਪਈਆਂ ਲਾਸ਼ਾਂ ਦੀ ਪਛਾਣ ਹੋ ਜਾਂਦੀ ਸੀ। ਕਹਿੰਦੇ ਬਦਲਾਂ ਚ ਬਿਜਲੀ ਚਮਕੇ ਸੀਗੀ ਮਾਰ ਦੀ, ਹੋਈ ਰੁਸ਼ਨਾਈ ਜਾਂ ਸੁਨਹਿਰੀ ਜਿਹੀ ਤਾਰ ਦੀ, ਦਇਆ ਸਿੰਘ ਵੱਲ ਨਿਗਾ ਪਈ ਜਾਂਦਾ ਤਾਰ ਦੀ, ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ ਜੁਝਾਰ। ਏਦਾਂ ਲੰਘ ਗਏ ਜਿਵੇਂ ਜਾਣਦੇ ਹੀ ਨਹੀਂ, ਵੇਖਿਆ ਕੌਣ ਹੈ ਮੇਰੇ ਸਾਹਿਬਜ਼ਾਦੇ, ਕੋਲੋਂ ਵੇਖ ਕੇ ਏਦਾਂ ਲੰਘ ਗਏ ਜਿਵੇਂ ਜਾਣਦੇ ਹੀ ਨਹੀਂ। ਉਦੋਂ ਫਿਰ ਦਇਆ ਸਿੰਘ ਨੇ ਆਖਿਆ ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ, ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ, ਚਾਰ ਹੰਝੂ ਦੇ ਫੁੱਲ ਤੇ ਕੇਰ ਜਾਂਦਾ, ਉਹਦੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ, ਸੁੱਕਾ ਹੱਥ ਜੇ ਚੱਲ ਤੇ ਫੇਰ ਜਾਂਦਾ। ਤੁਹਾਡੀ ਤਿਆਗ ਦੀ ਮਹਿੰਦੀ ਲੈ ਥੋੜਾ ਚੱਲੀ ਸੀ, ਸੁੱਕਾ ਹੱਥ ਫੇਰਨਾ ਸੀ, ਇਹ ਤੁਹਾਡੇ ਸਾਹਿਬਜ਼ਾਦੇ ਆ। ਤੇ ਕਲਗੀਆਂ ਵਾਲੇ ਕਹਿੰਦੇ ਨੇ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ, ਧਿਆਨ ਨਾਲ ਸੁਣਿਓ, ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ, ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ। ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ, ਇਹਨਾਂ ਮਿਹਣਿਆਂ ਤੋਂ ਸਮਝਾ ਮਾਣ ਮਿਲਦਾ ਕਿ ਮੈਂ ਸਰਬੰਸ ਲੁਟਾ ਕੇ ਆ ਗਿਆ ਹਾਂ, ਇਹ ਵੀ ਕਹਿਣ ਲੋਕੀ ਤਾਂ ਵੀ ਝੱਲ ਲਾਂਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ, ਮੈਨੂੰ ਰਤਾ ਪਰਵਾਹ ਨਹੀਂ, ਭਾਵੇਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ। ਮੈਨੂੰ ਇਹ ਨਾ ਕੋਈ ਕਵੇ ਵੀ ਸਿੰਘਾਂ ਦੇ ਪੁੱਤਰਾਂ ਚ ਫਰਕ ਰੱਖਿਆ, ਰਣ ਦਾ ਚੋਰ ਕਹਿ ਲਓ, ਰਣ ਦਾ ਚੋਰ, ਪਰ ਇਹ ਨਾ ਕਵੇ ਕੋਈ ਫਰਕ ਸਮਝਦੇ ਆ। ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਸੀ, ਇੰਨਾ ਪਿਆਰ ਆਪਣੀ ਉਮਤ ਨਾਲ ਕਰਦੇ ਸੀ, ਇਹ ਬਰਾਬਰੀ ਸੀ ਉਹਨਾਂ ਚ। ਦਇਆ ਸਿੰਘ ਹੋਣੀ ਕਹਿੰਦੇ ਮਹਾਰਾਜ ਇੱਕ ਰੱਖ ਲੈਂਦੇ, ਮਹਾਰਾਜ ਕਹਿੰਦੇ ਆਜਾ ਚੱਲੀਏ ਅੰਮ੍ਰਿਤ ਧਾਰੀਆ, ਉੱਠ ਅੰਮ੍ਰਿਤ ਧਾਰੀਆ, ਉੱਠ ਨਿਸ਼ਚਿੰਤ ਹੋ ਕੇ, ਰਾਜੀ ਕਦੀ ਨਹੀਂ ਸਾਰਾ ਸੰਸਾਰ ਰਹਿੰਦਾ, ਕਿਹਨੂੰ ਕਿਹਨੂੰ ਖੋਜ ਕਰ ਲਓਗੇ, ਸਾਰੀ ਦੁਨੀਆ ਜਿੱਤੀ ਨਹੀਂ ਕਿਸੇ ਤੋਂ, ਕਿਹਨੂੰ ਕਿਹਨੂੰ ਫਿਰ ਖੁਸ਼ ਕਰ ਲਓਗੇ, ਸਭ ਨੂੰ ਨਹੀਂ ਜਿੱਤ ਸਕਦਾ ਕੋਈ, ਸਾਰੀ ਦੁਨੀਆ ਨੂੰ ਖੁਸ਼ ਨਹੀਂ ਕਰ ਸਕਦੇ ਅਸੀਂ। ਅੰਮ੍ਰਿਤ ਧਾਰੀਆ ਉੱਠ ਨਿਸ਼ਚਿੰਤ ਹੋ ਕੇ, ਰਾਜੀ ਕਦੀ ਨਹੀਂ ਸਾਰਾ ਸੰਸਾਰ ਰਹਿੰਦਾ, ਲੱਤ ਦੋਹੀ ਬੇੜੀ ਵਿੱਚ ਨਹੀਂ ਸਾ ਰੱਖ ਸਕਦਾ, ਜਾਂ ਉਰਾਰ ਹੁੰਦਾ ਜਾਂ ਮੈਂ ਪਾਰ ਰਹਿੰਦਾ, ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ, ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ, ਦੋਹਾਂ ਜੋਗੀ ਨਹੀਂ ਸੀ ਦਿਲ ਵਿੱਚ ਥਾਂ, ਮੇਰੇ ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ, ਜਾਂ ਕੌਮ ਰੱਖਦਾ ਜਾਂ ਪੁੱਤਰ ਰੱਖਦਾ, ਪਰਿਵਾਰ ਰੱਖਦਾ ਜਾਂ ਅਸੂਲ ਰੱਖਦਾ ਆਪਣੇ, ਮੈਂ ਪਰਿਵਾਰ ਨਹੀਂ ਰੱਖਿਆ ਅਸੂਲ ਰੱਖ ਲਏ, ਮੈਂ ਬੱਚਿਆਂ ਦਾ ਪਿਆਰ ਨਹੀਂ ਰੱਖਿਆ ਮੈਂ ਕੌਮ ਰੱਖ ਲਈ ਆਪਣੀ, ਹੁਣ ਅਸੂਲਾਂ ਲਈ ਬੱਚੇ ਸ਼ਹੀਦ ਕਰਾ ਦਿੱਤੇ, ਪਰਿਵਾਰ ਵਾਰ ਦਿੱਤਾ ਅਸੂਲ ਨਹੀਂ ਛੱਡੇ, ਸਾਡੇ ਅਸੂਲ ਕੀ ਨੇ ਆਪਣੇ ਮਨਾਂ 'ਚ ਝਾਤੀ ਮਾਰ ਕੇ ਵੇਖੀਏ, ਸਾਡੇ ਅੱਜ ਅਸੂਲ ਕੀ ਨੇ, ਸਾਡੀ ਮਰਿਆਦਾ ਰਹਿਤ ਮਰਿਆਦਾ ਸਾਡੇ ਅਸੂਲ ਨੇ, ਉਹ ਸਾਡੇ ਅਸੂਲ ਨੇ। ਕਲਗੀਧਰ ਕਹਿੰਦੇ ਮੈਂ ਅਸੂਲਾਂ ਤੇ ਪਹਿਰਾ ਦਿੱਤਾ ਹੈ, ਅਸੂਲ ਨਹੀਂ ਛੱਡੇ, ਅਸੂਲ ਨਹੀਂ ਛੱਡਣੇ ਚਾਹੀਦੇ। ਦਇਆ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਮੇਰਾ ਦਿਲ ਕਰਦਾ ਹੈ ਮੈਂ ਇਹਨਾਂ ਦੇ ਸਰੀਰਾਂ ਨੂੰ ਢਕਾਂ, ਜੀ ਕਰੇ ਇੱਥੇ ਕੁਝ ਪਿਆਰ ਜਤਲਾ ਦਿਆਂ। ਸੱਚੇ ਪਾਤਸ਼ਾਹ ਪੱਗ ਲਾ ਕੇ ਸਿਰ ਦੀ ਤੋਂ ਟੋਟ ਕੇ ਬਣਾ ਦਿਆਂ, ਨਭਾਈ ਦੀ ਅਖੀਰੀ ਉਹ ਰਸਮ ਨਿਭਾ ਦਿਆ,
ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਲਿਆ। ਲੱਖਾਂ ਹੀ ਗਰੀਬ ਮਾਪੇ ਇਸ ਜੱਗ ਉੱਤੇ ਆਏ ਨੇ ਕੱਫੜੋਂ ਬਗੈਰ। ਦੱਸ ਕਿਹਦੇ ਪੁੱਤ ਗਏ ਨੇ? ਕੱਫੜ ਤੋਂ ਬਗੈਰ ਵੀ ਗਿਆ ਕੋਈ ਲੱਗਾ ਹੋਇਆ ਦਾਤਾ? ਦੱਸ ਪਿੱਛੇ ਕਿਹੜੀ ਗੱਲ ਦੇ? ਬੱਚਿਆਂ ਦੀ ਪੀਰ ਤੇ ਪੰਖੇਰੂ ਵੀ ਨਹੀਂ ਝੱਲਦੇ। ਤੇ ਮਹਾਰਾਜ ਨੇ ਆਖਿਆ ਸੀ ਅੱਗੋਂ ਸੱਤ ਬੋਲੇ ਦਸ਼ਮੇਸ਼ ਲਲਕਾਰ ਕੇ, ਓਏ ਲੈਣਾ ਕੀ ਆ ਸਿੰਘਾਂ ਮੇਰੇ ਪੁੱਤਾਂ ਨੂੰ ਪਿਆਰ ਕੇ, ਵੇਖ ਲੈ ਮੈਦਾਨ ਵਿੱਚ ਜਰਾ ਝਾਤੀ ਮਾਰ ਕੇ, ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ, ਔਖ ਸੌਖ ਵਿੱਚ ਮੇਰੇ ਸਿੰਘ ਭਾਈ ਵਾਲ ਨੇ, ਬਿਨਾਂ ਤਨਖਾਹ ਤੋਂ ਰਹੇ ਜੋ ਮੇਰੇ ਨਾਲ ਨੇ, ਵੇਖ ਲੈ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ। ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ, ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ। ਧੰਨ ਕਲਗੀਧਰ ਸੱਚੇ ਪਾਤਸ਼ਾਹ ਦਾ ਜਿਗਰਾ ਵੇਖੋ ਪਿਆ ਦਿਓ। ਇਸੇ ਕਰਕੇ ਤੇ ਬੇਨਤੀ ਕਰੀ ਦੀ ਹੈ, ਮੇਰੇ ਬਾਜਾ ਵਾਲੇ ਸ਼ਹਿਨਸ਼ਾਹ ਤੂੰ ਜੋ ਅਗੰਮੀ, ਬਾਜਾ ਵਾਲੇ ਸ਼ਹਿਨਸ਼ਾਹ ਤੂੰ ਜੋ ਅਗੰਮੀ, ਮੇਰੇ ਬਾਜਾ ਵਾਲੇ ਸ਼ਹਿਨਸ਼ਾਹ ਤੂੰ ਜੋ ਬਾਜਾ ਵਾਲੇ ਸ਼ਹਿਨਸ਼ਾਹ ਤੂੰ ਜੋ ਤੂੰ ਸਤ ਧਰਮ ਦੀ ਰੱਖ ਲਈ ਦੇ ਸਿਰਾ ਦੀ ਥੰਮੀ, ਸਤ ਧਰਮ ਦੀ ਰੱਖ ਲਈ ਦੇ ਸਿਰਾ ਦੀ ਥੰਮੀ, ਤੂੰ ਸਤ ਧਰਮ ਦੀ ਰੱਖ ਲਈ ਦੇ ਸਿਰਾ ਦੀ ਥੰਮੀ, ਸਤ ਧਰਮ ਦੀ ਰੱਖ ਲਈ ਦੇ ਸਿਰਾ ਦੀ ਥੰਮੀ, ਤੇਰੀ ਅਮਰ ਕਹਾਣੀ ਪਾਤਸ਼ਾਹ, ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ, ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ, ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ, ਪੁੱਤਰ ਕੋਈ ਜਮ ਲਵੇ ਤੇਰੇ ਵਰਗਾ, ਪੁੱਤਰ ਕੋਈ ਜਮ ਲਵੇ ਮਾਂ ਅਜੇ ਨਾ ਜੰਮੀ, ਤੇਰੇ ਵਰਗਾ ਪੁੱਤਰ ਕੋਈ ਜਮ ਲਵੇ ਮਾਂ ਅਜੇ ਨਾ ਜੰਮੀ, ਤੇਰੇ ਵਰਗਾ ਪੁੱਤਰ ਕੋਈ ਜਮ ਲਵੇ ਮਾਂ ਅਜੇ ਨਾ ਜੰਮੀ, ਗੁਜਰੀ ਦੇ ਚੰਨ ਵਰਗਾ, ਮਾਂ ਗੁਜਰੀ ਦੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ, ਚੰਨ ਹੋਰ ਕੋਈ ਨਹੀਂ ਹੋ ਸਕਦਾ, ਮਾਂ ਗੁਜਰੀ ਦੇ ਚੰਨ ਵਰਗਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਨੇ
अपने बच्चियां ते कपड़ा नहीं पाया, पावांगा कहिंदे सारे उत्ते नहीं ते किसे ते नहीं। ते सुनिया है जदों मुक्तसर साहब जंग होया सी, कहिंदे हत्थी पूंज दे रुमाल नाल मुखड़ा पुत्तां वांग छाती ला उत्थे पुत्रां वांगू प्यार करदे रहे। जदों उत्थे जंग होया है उत्थे गुरु गोबिंद सिंह सच्चे पातशाह रुमाल नाल मुखड़े भी पूंजदे रहे, उत्थे बख्शिशां भी करदे रहे, उत्थे गोदी च भी चुक लै सिंह, पर अपने लखते जिगरां उत्ते कपड़ा नहीं पाया। उन्हां कोल बह के नहीं गया, इन्ना प्यार सच्चे पातशाह अपनी उम्मत नाल करदे रहे, अपने खालसे नाल करदे रहे। जे उन्होंने इन्ना प्यार किया, साडा भी फर्ज बनता है कि कलगी धर जी ने दसे असूलों ते चलीए, जो गुरु ग्रंथ साहब कहने उन्होंने अपनी जिंदगी च लागू करिए। सदा नहीं बैठ रहना, वड्डे वड्डे आए चले गए, पर सतगुर के बचन कमाइए, मन शांत हो जाए, ठंडे हो जाए, भटकते मन में सुरूर आ जाए, आनंद आ जाए। इत्थे उही सुखी है जिहड़ा सतगुर के बचन कमा रहा है, सतगुर के दसे राह ते चल रहा है, इत्थे उही शांत है। इस करके धन्नवाद है। मैं वेखिया है स्ट्रीटां भरियां पईआं ने, गड्डियां ही गड्डियां हर पासे, बहुत प्यार नाल आप आए हो। ऐतवार दिने ते संगत आउंदी है, पर रात नूं पर बहुत प्यार नाल तुसीं अज दिने करलक विच दवार सी, एदू वड्डा हाल है काफी, ते किसे पासे बैठ नूं जगह ही नहीं सी। तुसीं दिने लाइव टैलीविजन विच वेख्या होगा, अज दिने दवान चलदा सी गैट पंजाबी ते। आने वाले समय विच कल तो सैन हो जाए दवान है, कल का परसों का, उस तो बाद तीन दिन सैक्रामेंटो प्रोग्राम होएगा, 7, 8, 9, 10 के लास्ट दवान ने 10 को अमृत संचार होना है सैक्रामेंटो, जिन्होंने अमृत छकना है उत्थे पहुंचो, खंडे की पौल प्राप्त करके अपना जीवन सफल करिए। सैन हो जाए दवान कल ते परसों दो दिन है, सैक्रामेंटो जिहड़े दवान च नहीं आ सकते वह घरां विच जरूर वेखण। लास्ट दवान 7, 8, 9 दे रात दे गैट पंजाबी टैलीविजन ते चलणगे। एक बेनती, मैं बेनती पहला करांगा, सतगुरु जी जिन्ना चिर इत्थे ने उन्ना चिर बैठे रहना, 5-4 मिंट नाल कोई फर्क नहीं पैंदा, बस 5 मिंट दे दिओ, प्या लिओ, एकाग्रता बनाई रखो, 5 मिंट दे दिओ समां, सतगुरु जी दे चरणां च अरदास हुकमनामे सुण के जायो, काल ना करिओ, 5 मिंट बहि जाओ। कमेटी वालों गुरु घर की संगत वालों बेनती है कि इत्थे एक नवी बिल्डिंग बनाई जा रही है, जो कि जिहदे विच सेवादारां वास्ते ते होर इत्थे संगत वास्ते एक हॉल चाहिए है। वह एक नवी बिल्डिंग प्रबंधक कमेटी ने दसिया असीं बना रहे हैं, उहदे वास्ते जिन्हां का मन होवे हिस्सा पाणा। वो कमेटी वालों बेनती है के बाहरले पासे टेबल लग्या होया है, उहदे विच अपना योगदान पा सकते हो, साडा सारिआं दा फर्ज बणदा है उहदे विच हिस्सा पाईए। 1984 दे घल्लूघारे दे संबंध विच सैन फ्रांसिस्को दे विच 8 जून नूं एक शांतमई मार्च कीता जा रहा है। परिवारां नूं बेनती है कि 30 साल हो गए आ पूरे, ते एक सारिआं प्रबंधक कमेटियां वल्लों उपराला कीता जा रहा है, पूरे अमेरिका विचों संगत को बुला के कि सैन फ्रांसिस्को दे विच 8 जून नूं ऐतवार वाले दिन एक प्रोग्राम किया जाए, तो दसिया जाए कि उस वेले साडे नाल की होया सी, उहदे विच समेत परिवारां दे संगत नूं बेनती है पहुंचण की कृपालता करो। सब संगतां नूं बेनती है अरदास तों बाद हुक्मनामे सुण के फिर आपो अपने घरां नूं चाले पाउणे ने, पहला नहीं किसे जाणा। लास्ट दवार सैक्रामेंटो विच हन 8, 9, 10 दे जरूर उत्थे दर्शन लेने, नहीं ते घरां विच बैठ के प्रोग्राम सारा सुनियो। समूह संगतां दा, गुरु घर दे वजीरां दा, कीर्तनीए सिंघां दा, पूरी कमेटी दा, मैनेजमेंट जो वीर सारे, सब दा धन्नवाद। इत्थों दे मेयर वल्लों जो सन्मान दिता गया है, तुहाडा सब तों वड्डा सन्मान ते संगत प्यार नाल सुणदी है, इह है संगत का सत्कार सब तो वड्डा है। सो यह बड़ी खुशी है, इन्ने सालों तो जदों भी मैं अमेरिका च आया बहुत प्यार नाल, वीकडे का कोई फर्क नहीं, वीकेंड का कोई फर्क नहीं, बाहर पंडाल ला ला के खुले,
ਤੇ ਦੂਰੋਂ ਦੂਰੋਂ ਛੁੱਟੀਆਂ ਕਰ ਕਰਕੇ ਸਾਰੇ ਪਹੁੰਚਦੇ ਹੋ। ਸੋ ਬਹੁਤ ਧੰਨਵਾਦ, ਇਹ ਅਸਲ ਅਵਾਰਡ ਨੇ, ਅਸਲ ਪਿਆਰ ਹੈ ਸੰਗਤ ਦਾ। ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਮੇਹਰ ਰੱਖਣ, ਹੋਈਆਂ ਭੁੱਲਾਂ ਦੀ ਖਿਮਾ ਕਰਨ ਲਈ। ਸਤਿਗੁਰੂ ਜੀ ਦੀ ਸੇਵਾ ਤੋਂ ਬਾਅਦ ਹੁਕਮਨਾਮੇ ਸੁਣ ਕੇ ਫਿਰ ਆਪਾਂ ਸਾਰਿਆਂ ਨੇ ਜਾਣਾ ਹੈ। ਜੋ ਸੰਗਤ ਲਈ ਬਿਲਡਿੰਗ ਲਈ ਬੇਨਤੀ ਕੀਤੀ ਹੈ ਮੈਨੇਜਮੈਂਟ ਗੁਰਮੁਖਾਂ ਕਮੇਟੀ ਨੇ, ਉਹ ਸਾਰੇ ਵੀਰਾਂ ਨੂੰ, ਸਭ ਨੂੰ ਬੇਨਤੀ ਹੈ ਕਿ ਉਹਦੇ ਵਿੱਚ ਸਾਰੇ ਸਹਿਯੋਗ ਜ਼ਰੂਰ ਦਿਓ। ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਬਸ ਅੱਜ ਇਤਨਾ ਹੀ ਪ੍ਰਵਾਨ ਕਰੋ। ਗੱਜ ਕੇ ਅਨੰਦ ਸਾਹਿਬ ਬੋਲੋ, ਹੋਈਆਂ ਭੁੱਲਾਂ ਖਿਮਾ ਕਰਿਓ। ਰਾਮਕਲੀ ਮਹੱਲਾ ਤੀਜਾ, ਅਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ। ਅਨੰਦ ਪਾਇਆ ਮੇਰੀ ਵਾਏ ਸਤਿਗੁਰ ਮੈਂ ਪਾਇਆ, ਗੁਰ ਕਾ ਪਾਇਆ ਸਹਿਜ ਸਿੱਧੀ ਮਨ ਸਿਆ ਲਾਇਆ, ਰਾਗ ਤਨ ਪਰਵਾਰ ਪਰਿਆ ਸ਼ਬਦ ਕਾ ਬਣਿਆਈ, ਰਬ ਤੋ ਆਲਾ ਹੋ ਹਰੀ ਸਿੰਘਾ ਨਾਮ ਸਿੱਧੀ ਮਨ ਪਾਇਆ, ਸਹਿ ਨਾਮ ਅਨੰਦ ਹੋ ਸਤਿਗੁਰ ਮੈਂ ਪਾਇਆ, ਏ ਮਨ ਠਾਕੁਰ ਤੁਮ ਪਹਿਨ ਦਾਸ ਜੀਓ ਪਿੰਡ ਸਾਧੂ।